ਖਾਸਾ ਟਾਈਮ ਲੱਗ ਗਿਆ ਨਾ ਐ ਲੱਗ ਕੋਕਲ ਮੰਦਰ ਫਿਰ ਮੀਂਹ ਪੈ ਸਾਰੇ ਕਿਤੇ ਆ ਨਾ ਹਾਂ ਇੱਥੇ ਵੀ ਲੱਗਦਾ ਖਾਸਾ ਮੀਂਹ ਤਾਂ ਕਰਕੇ ਹੌਲੀ ਹੌਲੀ ਪੈ ਗਿਆ ਥੋੜਾ ਟਾਈਮ ਬਾਅਦ ਲੱਗ ਹਾਂ ਲੈ ਖੋਲੂ ਬਾਰ ਖੋਲਦੀ ਆ ਭੈਣ ਤਾਂ ਅੰਦਰ ਬੈਠੀ ਹੋ ਕੰਮ ਧੰਦਾ ਮੇਟ ਕੇ ਹੋਰ ਐ ਪਤਾ ਹੁੰਦਾ ਸੀ ਕੱਲ ਨੂੰ ਹੀ ਆ ਜਾਂਦੇ ਹੋਰ ਬਸ ਦੇ ਬਿਜਾਰ ਤੇ ਬਾਲੇ ਦੋ ਦੋ ਕਰਦੀ ਮੇਰੇ ਨਾਲ ਤਾਂ ਹੁਣੀ ਤੇ ਆ ਭਾਬੀ ਸਾਡੇ ਮੂਰੇ ਮੂਰੇ ਗਿਆ ਬਸ ਅੱਛਾ ਫਿਰ ਸਾਨੂੰ ਸਾਥੋਂ ਵੀ ਨਹੀਂ ਫੋਨ ਹੋਇਆ ਵੀ ਅਸੀਂ ਅੱਜ ਆਵਾਂਗੇ ਹੋਰ ਬਸ ਐਨੇ ਨੇ ਹੋਇਆ ਹਾਂ ਨਹੀਂ ਚੱਲ ਅੱਗਾ ਪਿੱਛਾ ਹੋ ਜਾਂਦਾ ਤੇ ਹੋਰ ਬੇਬੇ ਠੀਕ ਸੀ ਭਾਬੀ ਵਧੀਆ ਹਾਂ ਠੀਕ ਸੀ ਵਧੀਆ ਹੋਰ ਕਾਕਾ ਸਕੂਲ ਗਿਆ ਹੈ ਹਾਂ ਭਾਬੀ ਉਹ ਗਿਆ ਚੱਲ ਛੁੱਟੀਆਂ ਤੋਂ ਬਾਅਦ ਫਿਰ ਕਲੇਸ਼ ਜਾਤ ਨਹੀਂ ਕਰਿਆ ਬਿਸਮਾ ਸਾ ਸਕੂਲ ਲੱਗਣ ਨਾ ਭਾਬੀ ਵਧੀਆ ਨਹੀਂ ਕਰਿਆ ਨਹੀਂ ਹੁਣ ਤੇ ਭੋਰਾ ਵੀ ਅੱਛਾ ਹਾਂ ਵਧੀਆ ਹੈਗਾ ਨਾ ਮੇਰੇ ਤਾਂ ਵਧੀਆ ਜੀ ਲੱਗਦਾਗਾ ਅੱਛਾ ਉਹ ਜਿਹਦਾ ਕਹਿੰਦਾ ਦੋਸਤ ਮਿੱਤਰ ਮਿਲ ਜਾਂਦੇ ਆ ਕਹਿੰਦਾ ਮੰਮੀ ਮੈਨੂੰ ਵਧੀਆ ਹਾਂ ਬਾਕੀ ਉਹਨੂੰ ਸੂਹ ਆ ਗਈ ਨਾ ਹੁਣ ਪੜ੍ਹਾਈ ਦੀ ਹਾਂ ਉਹ ਵੀ ਹੈਗਾ ਭਾਬੀ ਹਾਂ ਜਿਹੜੇ ਨਿਆਣੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਪੜ੍ਹਾਈ ਕੀ ਚੀਜ਼ ਆ ਉਹ ਕਲੇਸ਼ ਕਰਦੇ ਨੇਗੇ ਲੜਕ ਮਿੰਦਰ ਹੁਣ ਕਿਹੜਾ ਪਹਿਲਾਂ ਦੇ ਸਕੂਲ ਨੇ ਹਾਂ ਇਸ ਦੇ ਸਕੂਲਾਂ 'ਚ ਏਸੀ ਕੂਲਰ ਸਾਰਾ ਕੁਝ ਤੇ ਜਵਾਕਾਂ ਦਾ ਉਹੀ ਚੀਜ਼ ਲੱਗਦਾ ਹੈਗਾ ਲੱਗਦਾ ਹੈ ਪਹਿਲਾਂ ਦਾ ਕੰਮ ਥੋੜੀ ਹੈ ਇਹ ਤਾਂ ਹੈ ਬਈ ਬੈਂਚ 'ਚ ਜਾਣਾ ਵਿੱਚ ਤੇ ਬੈਂਚ 'ਚ ਚੌਂ ਚੀ ਚੜ ਜਾਂਦੇ ਨੇ ਚੜ ਜਾਂਦੇ ਇੱਕ ਹੋਰ ਵੀ ਗੱਲ ਹੈ ਜੀ ਹੁਣ ਟੀਚਰ ਵੀ ਕੁੜਦੇ ਕਰਦੇ ਨਹੀਂ ਹੈਗੇ ਬੱਚਿਆਂ ਪਿਆਰ ਨਾਲ ਸਮਝਾਉਂਦੇ ਪਿਆਰ ਨਾਲ ਪੜਾਉਂਦੇ ਨੇ ਜਵਾਕ ਮੱਲੋ ਮੰਦੀ ਜੀ ਕਰਦਾ ਜਾਣ ਦੇ ਉਹ ਆਪਣੇ ਟਾਈਮਾਂ 'ਚ ਤਾਂ ਜੇ ਕਾਪੀ ਦਾ ਕੰਮ ਨਾ ਕਰਿਆ ਹੁੰਦਾ ਤਾਂ ਐ ਤਾਂ ਲੱਗ ਜਾਂਦੇ ਕੁੱਟਣ ਮੇਰੇ ਗੱਲ ਯਾਰ ਜਦੋਂ ਮੈਂ ਨਾ ਪੜਾਈ ਨਹੀਂ ਹੈਗੀ ਭਾਬੀ ਪਹਿਲਾਂ ਵਾਲੀ ਜਦੋਂ ਮੈਨੂੰ ਲੈ ਸਕੂਲ ਆਇਆ ਸੀਗਾ ਜਦੋਂ ਮੈਨੂੰ ਹਾਂ ਤੇ ਮੈਂ ਛੋਟਾ ਜਿਹਾ ਸੀਗਾ ਮੈਨੂੰ ਕੁੜੀ ਸਕਲੀ ਸਕਰ ਗਿਆ ਬਾਪ ਜੀ ਹਾਂ ਹੋਰ ਬੋਰੀ ਝੋਲੇ ਵਿੱਚ ਕੋਈ ਬੋਹ ਪਾਈ ਹੋਈ ਆਪਣੀ ਬੋਰੀ ਹਾਂ ਝੋਲਾ ਬੋਰੀ ਦੇ ਵਿੱਚ ਬੋਰੀ ਪਾਈ ਉਹ ਤੇ ਖੋਲ ਕੇ ਬਿਠਾਉਂਦੇ ਹੁੰਦੇ ਕਹਿੰਦੇ ਹਾਂ ਬੋਰੀਆਂ ਤੇ ਲੈ ਕੇ ਜਾਂਦੇ ਤੇ ਮਸਾਂ ਮੇਰਾ ਮਾਸਟਰ ਦੇ ਲਵੇ ਲੈ ਕੇ ਜਾਣਾ ਮੈਂ ਲੇਰਾ ਮਾਰਾਂ ਉੱਚੀ ਉੱਚੀ ਹਾਂ ਤੇ ਕਿਹਾ ਮੈਨੂੰ 5 ਮਿੰਟ ਬਿਠਾ ਲਿਆ ਬਾਪ ਜੀ ਦੇ ਪਹਿਲੇ ਬਸ ਦੇ ਮੈਂ ਮੂਰੀ ਆ ਘਰੇ ਆ ਗਿਆ ਅੱਛਾ ਇਹ ਤਾਂ ਹੈਗਾ ਬਈ ਪਹਿਲਾਂ ਤਾਂ ਹੀ ਕਰਦੇ ਆਪਾਂ ਘੜੀ ਬੋਰੀ ਜੋ ਅਸੀਂ ਉਹਨਾਂ ਦੇ ਦਿਨ ਭੱਜ ਕੇ ਉਹਦੇ ਸਕੂਲ ਚ ਫਿਰ ਕਿਤੇ ਜੀ ਲੱਗਦਾ ਫਿਰ ਭਾਈ ਨੇ ਹਾਂ ਔਰ ਹੁਣ ਤਾਂ ਟੀਚਰ ਗੈੜੀ ਬੱਚੇ ਨੂੰ ਇੰਨਾ ਕਰਦੇ ਨੇ ਪਿਆਰ ਨਾਲ ਆਦੇ ਜਵਾਕਾਂ ਵਾਂਗੂ ਤੇ ਜਵਾਕ ਦਾ ਜੀ ਲੱਗਣਾ ਹੀ ਹੈਗਾ ਤੇ ਵਧੀਆ ਸਕੂਲ ਹੋ ਗਏ ਅੰਦਰ ਬਹਿ ਜਾਂਦੇ ਭਾਬੀ ਨਾ ਬਸ ਭਈ ਹਵਾ ਵਧੀਆ ਹਵਾ ਆਉਂਦੀ ਬਾਰੇ ਪੱਖਾ ਚੱਲੇ ਬਾਕੀ ਮੌਸਮ ਬਣਨਾ ਨਾ ਮੈਂ ਚਾਹ ਬਣਾ ਲਿਆ ਮੀਂਹ ਪੈ ਗਿਆ ਰਿਹਾ ਭਾਈ ਹੁਣ ਤੋਰੇ ਗਰਮੀ ਲੱਗਦੀ ਹੁੰਦੀ ਆ ਅੱਜ ਠੀਕ ਹੈ ਮੌਸਮ ਦੇ ਲੱਗ ਲਵਿੰਦਰ ਆਪਾਂ ਤਣੋ ਮਣ ਪੂਰਾ ਜ਼ੋਰ ਲਾਤਾ ਵਿਆਹ ਤੇ ਪਤਾ ਕੀ ਗੱਲ ਹੈ ਕਹਿੰਦੇ ਕੁੜੀ ਨੂੰ ਮਾੜੇ ਸਾਹ ਕਰਨਾ ਪਿਆ ਇਹ ਸੈਣੇ ਦੇ ਖਿਆਬਤ ਹੈ ਕਹਿੰਦੇ ਪਰ ਸਾਡੀ ਮੈਂ ਤੂੜੀ ਛੱਡਦੇ ਫਿਰ ਆਉਂਦੇ ਆ ਦੇਲ ਚੰਗੀ ਕੋਠੀ ਕਾਠੀ ਮੌਜ ਕਰਦੀ ਉਹ ਤਾਂ ਹੈਗਾ ਜੀ ਚੱਲ ਵਧੀਆ ਹੋਇਆ ਉਹੀ ਤਾਂ ਗੱਲ ਇੱਕ ਵਾਰੀ ਲੱਗਿਆ ਪੈਸਾ ਸਾਰੀ ਉਮਰ ਸੁੱਖ ਦਿੰਦਾ ਹੈਗਾ ਧੀ ਨੂੰ ਤਾਂ ਤੇ ਜੇ ਕਿਹੜਾ ਹੱਥ ਘੁੱਟ ਲੇ ਫਿਰ ਉਹ ਦੁਖੀ ਹੋ ਜਾਂਦਾ ਬਾਕੀ ਧੀ ਪੈਣ ਦੇ ਕਰਮ ਕਰਮੀ ਹੁੰਦੇ ਨੇ ਹੁੰਦੇ ਗੱਲ ਸੱਚੀ ਆ ਹਾਂ ਹਾਂ ਹੋਰ ਹੁਣ ਫੇਰ ਹੀ ਦਿਲ ਪੈਂਦਾ ਮਾਂ ਪਿਓ ਦਾ ਚੰਗਾ ਟਿਕਾਣਾ ਭਾਲਣ ਨੂੰ ਹੁਣ ਕਿੱਥੇ ਆਪਣਾ ਘਰ ਹੈਗਾ ਹਾਂ ਕਿੱਥੇ ਆ ਜਾ ਰ ਕੋਠੀ ਫਰਸ ਲੱਗੇ ਆਪਣੇ ਦਾ ਪੈਂਦਾ ਹੋਈ ਉਹੀ ਪੁਰਾਣਾ ਘਰ ਹੈ
ਆਈ ਤਾਂ ਉਹ ਗੱਲ ਅੱਡੋ ਅੱਡੀ ਭੈਣ ਭਾਈਆਂ ਦੀ ਕਿਸਮਤ ਅੱਡੋ ਕਿਸਮਤ ਅੱਡ। ਹੁੰਦੀ ਆ। ਹਾਂ ਹਾਂ ਕਹਿੰਦੇ ਹੁੰਦੇ ਆ ਪੇਟੋ ਤਾਂ ਇੱਕ ਦੇ ਜਨਮ ਲੈਂਦਾ ਭੈਣ ਭਾਈ, ਤੇ ਕਿਸਮਤ ਅੱਡੋ ਅੱਡ ਹੋ ਜਾਂਦੀ। ਬਾਕੀ ਸਰਦਾਰ ਜੀ ਸਿਫਤ ਸਿੰਘ ਵੱਲੋਂ ਫੌਜ ਚ ਨੇਗੇ ਹਾਂ ਤੇ ਉਧਰੋਂ ਨੌਕਰੀ ਨਾਕਰੀ ਵਧੀਆ। ਲੈ ਹੋਰ ਹੁਣ ਇਹ ਤਾਂ ਹੈਗੀ ਹੈ ਜੀ, ਸਰਕਾਰੀ ਤਨਖਾਹ ਇਹ ਕਿੱਥੇ ਆਪਾਂ ਲੱਗਦੀ ਕਹਿੰਦੇ ਹੈ। ਵੀ ਕਹੇ ਨੌਕਰੀ ਦੇ ਵਿੱਚ, ਇਹਦੇ ਵਿੱਚ ਸਹੂਲਤਾਂ ਬਾਹਲੀਆਂ ਨੇ, ਬਹੁਤ ਨੇ ਜੀ ਇਹ ਹੁਣ ਤਾਂ। ਸਾਰ ਜੇ ਬੈਂਕ ਚ ਲੱਗ ਜਾਏ ਕਿਤੇ ਮਰਜ਼ੀ ਲੱਗ ਜਾਏ ਫਿਰ ਨੌਕਰੀ ਮਿਲਦੀ ਹੈ। ਹਾਂ ਹੋਰ ਹੁਣ ਇਹ ਤਾਂ ਸਾਰੇ ਬੱਚਿਆਂ ਤੋਂ ਲਾ ਕੇ ਜ਼ਿੰਦਗੀ ਬਣ ਜਾਂਦੀ ਹੈ। ਜ਼ਿੰਦਗੀ ਬਣ ਜਾਂਦੀ ਹੈ, ਹਾਂ ਮਾਂ ਪਿਓ ਦਾ ਇਲਾਜ ਵਿੱਚ ਹਾਂ, ਸਾਰਾ ਹੋਰ ਕੁਝ ਹੁਣ ਸਾਰਾ ਕੁਝ ਫ੍ਰੀ ਵਧੀਆ। ਹੁੰਦਾ। ਲੈ ਭਾਬੀ ਚਾਹ ਪੀ ਲਓ, ਚਾਹ ਵੀ ਪਿੰਡ ਚ ਬਣਾ ਲੈ, ਤੂੰ ਵੀ ਪਾ ਲੈ ਉਹਦੀ ਪਿੱਪਲ ਆਪਦੀ। ਨਾ ਭਾਬੀ ਹੁਣੀ ਪੀ ਕੇ ਹਟੀ ਸੀ ਮੈਂ ਤਾਂ। ਅੱਛਾ ਹਾਂ ਸੇਵਕ ਨੇ ਭਾਈ ਹੁਣ ਉੱਥੇ ਡਿਊਟੀ ਤੇ ਹੁੰਦਾ। ਹਾਂ ਬਾਈ ਡਿਊਟੀ ਤੇ ਉਹ। ਅੱਛਾ ਹਾਂ ਪਹਿਲਾਂ ਜੰਮੂ ਸੀ ਭਾਈ, ਹੁਣ ਕਿੱਥੇ ਹੈਗਾ? ਹੁਣ ਬਾਈ ਉਦੋਂ ਗਾਹਾਂਗਾ ਡਿਊਟੀ ਤੇ। ਅੱਛਾ ਉਦੋਂ ਗਾਹਾਂ, ਹਾਂ ਬਦਲੀ ਬਦਲੀ ਕਰ ਦਿੰਦੇ ਨੇ। ਉਹ ਤਾਂ ਪਤਾ ਹੀ ਨਹੀਂ 2 ਮਹੀਨੇ ਬਾਅਦ ਕਿੱਥੇ ਲਾ ਦਿੰਦੇ ਜੀ। ਸਾਜਾ ਕਹਿੰਦੇ ਭਾਬੀ। ਹਾਂ ਚਲੋ ਬਾਈ ਕਿਤੇ ਹੋਵੇ ਰੱਬ ਤੰਦਰੁਸਤੀ ਬਖਸ਼ੇ। ਹਾਂ ਆਤਾ ਰਹੋਗੇ ਭਾਬੀ? ਨਾ ਰਹਿਣ ਦਾ ਕਿੱਥੇ ਵੀਰਪਾਲ, ਤੈਨੂੰ ਪਤਾ ਹੀ ਹੈ ਫਿਰ ਔਖਾ ਬੇਬੇ ਭਾਈ, ਨੂੰ ਇਕੱਲੀ ਨੂੰ ਔਖਾ ਹੋ ਜਾਂਦਾ। ਉਹ ਤਾਂ ਹੈ ਭਾਬੀ। ਹਾਂ ਹੋਰ ਇੱਕ ਮਾਲ ਪਸ਼ੂ ਦਾ ਸੁੱਖ ਨਾਲ, ਹਾਂ ਤੇ ਫਿਰ ਉਹ ਤਾਂ ਹੁਣ ਵਿਚਾਰੀ ਤੋਂ ਕੁਛ ਸੁਣਦਾ ਹੀ ਨਹੀਂ ਹੈਗਾ। ਜੀ ਕੁਛ ਆਇਆ ਭਾਬੀ ਚਿੱਕੜ ਵਾਲਾ ਹੋਇਆ ਪਿਆ, ਹੋਰ ਇੱਕ ਮੀਂਹ ਦਾ ਕਰਕੇ ਹਾਂ ਬਾਲਾ ਪਤਾ ਹੀ ਵੱਧਿਆ ਲੱਗਦਾ ਪਿਆ। ਮੈਨੂੰ ਤਾਂ। ਹਾਂ ਉਹ ਮੈਂ ਵੀ ਡੀਕਿਆ ਜੀ, ਮੈਂ ਮੇਰੇ ਭਾਈ ਦੇ ਭਰਜਾਈ ਆਉਣਗੇ, ਮੈਂ ਮੇਰੀ ਦਰਾਣੀ ਦਾ ਤਾਂ ਆ ਗਿਆ ਸੀ, ਮੈਂ ਮੇਰਾ ਰਹਿ ਗਿਆ, ਮੈਂ ਅੱਛਾ ਮੇਰੇ ਭਾਈ ਭਰਜਾਈ ਵੀ ਉਹ ਭਾਈ ਆਉਣਾ ਇਹ ਕੰਮ ਆਉਣਗੇ। ਧੰਦੇ 'ਚ ਨਾ 2 ਤੋਂ ਲੇਟ ਹੋ ਗਈ, ਅੱਛਾ ਬਾਈ ਇੱਕ ਤਾਂ ਮੋਟਰੀ ਖਰਾਬ ਹੋ ਗਈ, ਉਹ ਕੱਢੀ ਬਣਾਈ ਫੇਰ ਬਾਈ ਟਾਈਮ ਖਾਸਾ ਲੱਗ ਗਿਆ, ਫੇਰ ਹੁਣ ਤਾਂ ਬਈ ਚੱਲ ਜਰਾ ਪਈ, ਹੁਣ ਤਾਂ ਚੱਲ ਫਿਰ ਟਰਾਵਰ ਮੇ ਧੂਆਂ ਕੱਢ ਗਿਆ, ਅੱਛਾ ਬਾਈ 2-3 ਦਿਨ ਉੱਧਰ ਲੱਗ ਗਏ। ਫੇਰ ਆਪਣੇ ਖੇਤੀਬਾੜੀ ਦੇ ਕੰਮ ਔਖੇ ਨੇ ਭਾਈ, ਔਖੀ ਆ ਬਾਈ, ਤੁਹਾਨੂੰ ਪਤਾ ਇੱਕ ਇਕੱਲਾ ਜਾਣਾ ਵੀ ਭਲ ਕੇ ਹਾਂ ਕਿਹੜੇ ਪਾਸੇ ਜਾਣਾ, ਇਕੱਲੇ ਆਪ ਹੀ ਜਾਣਾ। ਇਹਦਾ ਕਹਿਣੀ ਭਾਬੀ, ਹਾਂ ਆ 2-3 ਦਿਨ ਤਾਂ ਹੀ ਲੰਘ ਗਏ, ਅੱਜ ਜਾਂਦੇ ਸਵੇਰੇ ਜਾਂਦੇ ਹੈਗੇ, ਤੇ ਐਂ ਲੇਟ ਹੋ ਗਈ 2-3 ਦਿਨ ਤਾਂ। ਉਹ ਤਗੜਾ ਮਸੜਾ, ਹਾਂ ਠੀਕ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਬਹਿ ਜਾਓ ਕੁਰਸੀ ਤੇ ਵੀਰ, ਬੜੀ ਚਾਹ ਲਿਆ ਕੇ ਦਿਓ ਫਿਰ, ਮਾਸੇ ਵੀ ਚਾਹ ਪੀ ਲਓ ਉੱਠ। ਹੋਰ ਸਿਹਤ ਤਕੜੀ ਹੈ? ਲੈ ਬਾਪੂ ਜੀ ਚਾਹ ਲਿਓ, ਉੱਥੇ ਜਾ ਕੇ ਪੀ ਲੂੰਗਾ। ਹੋਰ ਲੈ ਲੈ ਜਾ ਵੀਰਪਾਲ, ਆ ਵੀ ਲੈ ਜਾ ਮਾਸੜ, ਤਾਂ ਬੇਚਾਰਾ ਜਮੀ ਡਾਉਣ ਜੋ ਹੈ ਪੈਣਾ। ਇਹ ਵੀ ਸੇਵਕ ਨਾਲ ਗੱਲ ਹੋਈ ਜੀ, ਛੁੱਟੀ ਆ ਨਾ ਪਹਿਲਾਂ, ਹਾਂ ਹੋ ਗਿਆ ਮਹੀਨਾ ਕੋ, ਪਹਿਲਾਂ ਤਾਂ ਪਤਾ ਨਹੀਂ ਲੱਗੇ ਬਿਮਾਰੀ ਕੀ ਹੈ। ਇਹ ਸ਼ੂਗਰ ਵਾਲਾ ਵਧਿਆ ਪਿਆ, ਹਾਂ ਸ਼ੂਗਰ ਵਾਲੇ ਬੰਦਾ ਕਹਿੰਦੇ ਕੱਟਣ ਲੱਗ ਜਾਂਦਾ, ਕੱਟਣ ਲੱਗ ਜਾਂਦਾ ਹੈ, ਤੇ ਨਾਲੇ ਹੁਣ ਇਹ ਅੱਗੇ ਤਾਂ ਗੱਲਾਂ ਗੁੱਲਾਂ ਕਿੰਨੀਆਂ ਮਾਰਦਾ ਆਪਣੇ ਕੋਲ ਬਹਿ ਕੇ, ਹਾਂ ਇਹ ਹੈ ਨਾ ਵੀ ਉਹਦੀ ਬਾਗੇ ਉੱਠ ਗਈ, ਇਹਨੂੰ ਘਬਰਾਹਟ ਜੀ ਬਾਹਲੀ ਆਉਣ ਲੱਗ ਗਈ, ਹਾਂ ਪਹਿਲਾਂ ਉੱਠ ਕੇ ਉਹਦੀ ਇਹ ਬਾਗੇ, ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਜਾਂ ਖਾਂਦਾ ਉਦੋਂ ਘਬਰਾਹਟ ਆਉਣ ਲੱਗ ਜਾਂਦੀ। ਉਹੀ ਤਾਂ ਹੈ, ਕੁਝ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ, ਪੈ ਜਾਂਦਾ ਕੰਮ ਵੀ ਬਾਹਲਾ ਕਰਿਆ ਫਿਰ। ਹੋਰ ਕੰਮ ਤਾਂ ਬਥੇਰਾ ਕਰਿਆ, ਪੁਰਾਣੇ ਬਜ਼ੁਰਗ ਤਾਂ ਕਰਦੇ ਹੁੰਦੇ ਕੰਮ, ਹੁੰਦਿਆਂ ਤੋਂ ਨਹੀਂ ਹੁੰਦਾ ਹੈਗਾ, ਤੇ ਉਹੀ ਗੱਲ ਹੈ ਵੀਰਪਾਲ ਤੈਨੂੰ ਤਾਂ ਭਾਈ ਇਹਨਾਂ ਦੀ ਸਹਾਰਾ ਹੈਗਾ। ਹੋਰ ਭਾਬੀ ਮੈਂ ਤਾਂ ਆਪ ਕਹਿਣੀ ਹੈ ਵੀ ਇਹ ਵੱਡੇ ਬੰਦੇ ਦਾ ਸਹਾਰਾ ਹੀ ਹੁੰਦਾ ਦੇਖੋ। ਹਾਂ ਹੋਰ ਹੁਣ ਭਾਈ ਅਜੇ 22 ਤਾਈ ਨਹੀਂ ਪਤਾ ਲੱਗਣਗੇ, 2-4 ਸਾਲ ਹਜੇ ਹੋਰ, ਤੇ ਇਹਨਾਂ ਸੇਵਾ ਕਰਿਆ ਕਰ ਇਹਦੇ ਵਿਚਾਰੇ ਦੀ। ਮੈਂ ਬਹੁਤ ਕਰਦੇ ਭਾਬੀ, ਬਸ ਪਤਾ ਨਹੀਂ ਕੀ ਗੱਲ ਆ, ਕੋਈ ਗਰਮੀ ਗੁਰਮੀ ਕਰਕੇ ਹੋ ਗਿਆ ਡਾਊਨ ਜਾ। ਨਵੀਂ ਪੱਲੇ ਭਈ ਥੋੜਾ ਬਾਲਾ ਦੁੱਧ ਤੱਤਾ ਕਰਕੇ ਦੇ ਦਿਆ ਕਰ, ਬਣਾ ਫਰਕ ਪੈ ਜੂਗਾ। ਹਾਂ ਦਿੰਨੇ ਆ ਬਾਈ ਦੁੱਧ ਤਾਂ, ਵੀ ਮਿੱਠੇ ਤੋਂ ਬਿਨਾ ਹਾਂ ਜਿਆਦਾ ਸ਼ੂਗਰ ਹੈਗਾ ਵੀਰ, ਮਿੱਠਾ ਮਿੱਠਾ ਨਹੀਂ ਪਾਉਣਾ ਹੁੰਦਾ ਤੇ ਉਹ ਕਹਿੰਦਾ ਬਾਈ ਗਰਮੀ ਬਾਈ ਮੰਨਦਾ।
ਹਾਂ ਗਰਮੀ ਇੱਕ ਤੇ ਪਈ ਵੀ ਵਾਲੀ ਵੀ ਭਲ। ਬਸ ਤਾਂ ਹੀ ਕਰਕੇ ਡਾਉਣ ਜਾ ਵੱਧ ਹੋ ਗਿਆ। ਕੁਛ ਤਾਂ ਹਾਂ ਜਿਹੜੇ ਟੀਕੇ ਲੱਗਦੇ ਨੇ ਨਾ ਸ਼ੂਗਰ ਵਾਲੇ, ਉਹ ਗਰਮ ਹੁੰਦੇ ਨੇ, ਹਾਂ ਬਈ ਉਹ ਵੀ ਹੈ, ਉਹਦੇ ਨਾਲ ਫਰਕ ਪੈ ਜਾਂਦਾ, ਉਹਦਾ ਬੰਦੇ ਨੂੰ ਵੀ ਕਮਜ਼ੋਰੀ ਕਰ ਕਮਜ਼ੋਰੀ ਦਿੰਦੇ ਕਰ, ਬਈ। ਦਵਾਈ ਕੋਈ ਵੀ ਆ ਗਰਮੈਸ਼ ਕਰਦੀ ਹੈਗੀ। ਤੇ ਹੋਰ ਅੱਗੇ ਇੰਨੀਆਂ ਗੱਲਾਂ ਮਾਰ ਕੇ ਹਟੇ ਤੇਰੇ ਬਾਈ ਅੱਗੇ ਕਹਿੰਦਾ ਦੇਖ ਆਪਣੇ ਕੋਲ ਗੱਲਾਂ ਮਾਰਦਾ ਕਹਿੰਦੇ ਬਹਿ ਕੇ, ਤੇ ਹਾਂ ਅੱਜ ਤਾਂ ਵਿਚਾਰਾ ਉਹਦੀ ਵਾਗੇ ਉੱਠ ਕੇ, ਬਸ ਉਹਦਾ ਜੀ ਜਾ ਨਹੀਂ ਕਰਦਾ ਗੱਲਾਂ ਕਰਨ, ਹਾਂ ਚਿੱਤ ਜਾਣਾ ਨਾ ਠੀਕ, ਫਿਰ ਉਹਦਾ ਉਹੀ ਗੱਲ ਹੈ, ਜਦੋਂ ਚਿੱਤ ਠੀਕ ਹੁੰਦਾ ਫੇਰ ਹੀ ਜੀ ਕਰਦਾ ਫੇਰ ਹੀ ਗੱਲਾਂ ਹੁੰਦਾ, ਕਰਨ ਜੀ ਉਹਦਾ ਹਾਲ ਜਾਣ ਹੁੰਦਾ। ਹਾਂ ਬਈ ਚੱਲ ਫਿਰ ਆਪਾਂ ਤਾਂ ਚੱਲੀਏ, ਹੋਰ ਬਹੁਤ ਟਾਈਮ ਹੋ ਹੋਰ ਬਹਿ ਜਾਂਦੇ ਭਾਬੀ ਹੋਰ ਥੋੜਾ ਚਿਰ, ਮੇਰੇ ਭਾਗ ਜੀ ਤਾਂ ਕਰਦਾ ਭੈਣੇ, ਐਂ ਲੱਗ ਜੀ ਲੱਗ ਰਿਹਾ, ਐਂ ਲੱਗਦਾ ਵੀ ਗੱਲਾਂ ਹੀ ਕਰੀ ਜਾਈਏ। ਤੇ ਹੁਣ ਤੈਨੂੰ ਪਤਾ ਹੀ ਆ ਫਿਰ ਦੋ ਢਾਈ ਵੱਜ ਗਏ, ਹੁਣ ਕੱਖਾਂ ਦਾ ਟਾਈਮ ਹੋ ਗਿਆ ਜਾ ਵੀ ਮੱਝਾਂ। ਸ਼ੁਕਰੀਆ ਭਾਬੀ। ਹਾਂ ਉਹ ਐਂ ਸੀ ਭਾਈ ਹੁਣ ਜੀਰੀ ਲਾਈ ਜਾਣਾ, ਪਾਣੀ ਜੇ ਛੱਡ ਰੱਖੇਗਾ, ਹਾਂ ਤੇ ਫਿਰ ਤੈਨੂੰ ਪਤਾ ਕੰਮ ਦਾ ਖਾਸਾ ਹੋ ਜਾਂਦਾ ਜੀਰੀ। ਇਹ ਤਾਂ ਕਹਿੰਦੇ ਬਈ ਖੇਤ ਬੰਨੇ ਤਾਂ ਨਿਬੜਦੀ ਨਹੀਂ ਹਾਂ ਸਾਰਾ ਹਾਂ ਦਿਨ, ਨਿਬੜਦਾ ਨਹੀਂ ਭਾਈ, ਬਸ ਜਿੰਨੇ ਚਿਰ ਜੀਰੀ ਲੱਗਦੀ ਨਹੀਂ ਭਾਈ ਕੰਮ ਮੁੱਕਦੇ ਨਹੀਂ ਹੋਣੇ ਚਿਰ। ਹਾਂ ਬਈ ਚਲੀਏ ਕੁਲਵਿੰਦਰ ਫਿਰ। ਹਾਂ ਹੋਰ ਚਲੋ ਫੇਰ ਆ ਜਾਊਗਾ ਪੀਪਾ ਜਾ ਤਾਂ ਨਾ, ਕੋਈ ਨਾ ਬੇੜਾ ਵੱਜਿਆ। ਚਲ ਕਦੇ ਹਾਂ ਬੀਬੇ ਕੇ ਮਾਰੂਗਾ ਤੇ ਲੈ ਜਾਊਗੀ। ਨਾ ਨਾ ਕੋਈ ਨਾ ਬਈ, ਹਾਂ ਕੋਈ ਨਾ ਬਈ, ਫਿਰ ਮੈਂ ਵਿੱਚ ਦੀ ਗੇੜਾ ਮਾਰ ਹਾਂ ਤੁਸੀਂ ਵੀ ਆਇਓ ਭਾਈ ਜੀ। ਹਾਂ 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 ਹੋਰ ਆ ਜੀ ਵੀ ਭਾ ਕੋਈ ਬੇਬੇ ਨੂੰ ਮਿਲਿਆ ਮੈਂ। ਹਾਂ ਹੋਰ ਬੇਬੇ ਨੂੰ ਮਿਲਿਆ ਹੀ। ਚੰਗਾ ਭਾਬੀ ਫਿਰ, ਹੈ ਹੋਰ ਚੰਗਾ ਵੀ ਭਾ, ਚੰਗਾ ਬਈ ਵਧੀਆ ਹੋ ਗਿਆ ਭਾਬੀ ਮਿਲ ਗਏ ਨਾ। ਹੋਰ ਵੀਰਪਾਲ ਮੈਂ ਤਾਂ ਹੋਰ ਬਿੰਦ ਚ ਡਟ ਗਿਆ, ਮੈਨੂੰ ਮੇਰੇ ਭਾਈ ਦੇ ਭਰਜਾਈ ਆ ਗਈ, ਬਿੰਦ ਚ ਦੇਣ ਲੱਗ ਗਿਆ ਜਣੋਂ ਦੀ ਗੱਲਾਂ ਕਰਦੇ ਨੇ। ਹੋਰ ਮੈਂ ਤਾਂ ਸੀ ਭਾਈ ਰਾਤ ਲਾ ਜਾਂਦੇ, ਚੱਲ ਇੰਨੇ ਨਾਲ ਕੋਈ ਸਰਦਾ ਨਹੀਂ, ਫਿਰ ਔਖਾ ਹੋ ਜਾਂਦਾ। ਹੋਰ ਭਾਈ ਉਹ ਵੀ ਜ਼ਰੂਰੀ ਹੈ ਭਾਈ, ਵੀਰਪਾਲ ਵੀ ਜਿੱਦੇ ਸੇਵਕ ਆ ਨਾ, ਹਾਂ ਬਾਈ ਛੋਟੀ ਛੋਟੀ ਆਇਆ ਜਿੱਦੇ, ਅੱਛਾ ਵੀ ਆਇਆ ਇਲਾਜ ਦਿੰਦੇਗਾ ਨਾ ਬਾਈ, ਕੋਈ ਨਾ ਜ਼ਰੂਰ ਆਉਂ ਬਾਈ। ਹਾਂ ਚੰਗਾ ਬਾਈ, ਹੈ ਹਾਂ ਚੰਗਾ ਬਾਈ, ਚੰਗਾ ਭਾਬੀ ਚੰਗਾ। ਬੰਦੇ ਖੋਲ ਬਾਹਰ ਆ, ਖੋਲ ਤੋਂ ਪਹਿਲਾਂ ਮੈਂ ਕਰਾਂ ਅੱਜ ਪਾਣੀ ਤਾਂ ਤਾਂ ਕਿਹੜਾ ਪੀਣਗੇ, ਐਂ ਪਾ ਦਾਂਗੇ ਸੰਨੀ ਜੀ ਹਨਾ, ਠੰਡ ਹੀ ਆ ਪਾਣੀ ਤੇ ਕਿਹੜਾ ਪੀਣਗੇ, ਅੱਗੇ ਦਾ ਤੇ ਦਿਖਾਉਂਦੇ ਹੁੰਦੇ ਆਪਾਂ। ਹਾਂ ਹੁੰਦਾ ਮੌਸਮ ਠੀਕ ਹੈ। ਹਾਂ ਬੇਬੇ ਜਾ ਆਏ ਆ ਗਏ ਬੇਟਾ। ਹਾਂ ਬੇਬੇ ਪਾਸੇ ਵਗ ਗਿਆ ਜੀ, ਉਥੋਂ ਫੋਨ ਆ ਗਿਆ ਕੋਈ ਕੰਮ ਹੋਣਾ ਜਰੂਰੀ ਕੋਈ, ਹੋਰ ਮਾਸੀ ਵੀ ਮਿਲੀ ਸੀ ਬੇਚਾਰੀ, ਤੇ ਉਹਦੇ ਨਾਲ ਕੋਈ ਗੱਲਬਾਤ ਨੀ ਬੇਚਾਰੀ ਮਿਲੀ ਨੀ, ਤੇ ਮਾਸੜ ਆਇਆ ਸੀ ਮਾੜਾ ਜਿਹਾ, ਉਹ ਵੀ ਸ਼ੂਗਰ ਸ਼ਾਗਰ ਦਾ ਬੜਾ ਹੋਇਆ ਪਿਆ ਉਹਨੂੰ, ਉਹਦਾ ਡਾਊਨ ਹੋ ਰਿਹਾ ਜ਼ਮੀਨ, ਡਾਊਨ ਹੋ ਰਿਹਾ ਸ਼ੂਗਰ ਦਾ, ਬੰਦਾ ਫਿਰ ਡਾਊਨ ਹੀ ਹੁੰਦਾ, ਅੱਗੇ ਤਾਂ ਬਹਿ ਕੇ ਗੱਲਾਂ ਗੱਲਾਂ ਕਰਦਾ, ਇੱਕ ਮਿੰਟ ਵੀ ਨਹੀਂ ਬੈਠਾ, ਬਸ ਉਹਦੀ ਕਹਿੰਦਾ ਮੈਂ ਉੱਥੇ ਜਾ ਕੇ ਚਾਹ ਪੀਊਂਗਾ, ਵੀਰਪਾਲ ਨੇ ਚਾਹ ਹੀ ਬਣਾ ਦਿੱਤੀ। ਹੋਰ ਚਾਹ ਬਣਾ ਲਈ ਸੀ ਬੇਬੇ? ਹਾਂ ਚਾਹ ਤਾਂ ਬਣਾ ਲਈ ਸੀ ਕੁਲਵਿੰਦਰ। ਅੱਛਾ ਤੇ ਭਾਂਡੇ ਪਏ ਨੇ ਮਾਂਜੇ ਨਾਲ? ਹਾਂ ਚੱਲ ਕੋਈ ਨਾ ਭਾਂਡੇ ਮੈਂ ਮਾਂਜ ਲੂ ਬੇਬੇ। ਤੇ ਹੋਰ ਬਿਸਕੁਟ ਸਾਰੇ ਲੈ ਗਏ ਜੀ? ਹਾਂ ਸਾਰੇ ਲੈ ਗਏ ਸੀ ਬੇਬੇ। ਅੱਛਾ ਹਾਂ ਹੋਰ ਮੈਂ ਕੀ ਕੱਟ ਕੇ ਹੁਣ ਕਰੇ? ਨਾ ਨਾ ਲੈ ਗਏ ਸਾਰੇ। ਅੱਛਾ ਫਿਰ ਉਹ ਦੇਖੀ ਨਾ ਦੀਪਾ ਨੂੰ ਪੈਸੇ ਦੇ ਆਏ ਸੀ ਬੇਬੇ? ਨਾ ਉਹ ਤਾਂ ਭੁੱਲ ਗਏ, ਗੱਲ ਹੀ ਨਹੀਂ ਯਾਦ ਆਈ। ਤੁਸੀਂ ਸੂਮ ਹੋ ਭਈ ਕਾਹਨੂੰ ਕੱਢਦੇ ਪੈਸਾ? ਨਾ ਬੇਬੇ ਸੂਮ ਵਾਲੀ ਗੱਲ ਨਹੀਂ ਹੈਗੀ, ਲਕਲਵਿੰਦਰ ਦਾ ਯਾਦ ਉਹੀ ਦਿਮਾਗ ਚ ਨਿਕਲ ਗਈ ਬੇਬੇ ਗੱਲ, ਸੂਮ ਨੂੰ ਤਾਂ ਜਦੋਂ ਅਸੀਂ ਹੁਣ ਡੱਬੇ ਤੇ ਬਿਸਕੁਟ ਲਿਜਾ ਸਕਦੇ ਬੇਬੇ, ਪੈਸੇ ਨਹੀਂ ਦੇ ਸਕਦੇ ਸੀ,
ਭੁੱਲ ਹੋਰ ਗਏ ਦੇ ਕੇ ਆਉਣੇ ਸੀ ਦਲਵਿੰਦਰ ਪੈਸੇ ਤਾਂ। ਬਸ ਉਹੀ ਗੱਲ ਹੈ ਵੀ ਇਹ ਤਾਂ ਗਲਤੀ ਹੋਈ ਹੋ ਗਈ ਤੇ ਉਹ ਹੋ ਗਿਆ, ਇੱਕ ਤਾਂ ਐਂ ਹੋ ਗਿਆ ਵੀ ਸੰਨੀ ਦਾ ਟਾਈਮ ਕਵੇਲਾ ਹੋ ਗਿਆ, ਬਸ ਅੱਗੇ ਭੈਣ ਤਾਂ ਕਹਿੰਦੀ ਸੀ ਰੋਟੀ ਖਾ ਕੇ ਜਾਏ ਰੋਟੀ ਖਾ ਕੇ ਜਾਏ, ਅਸੀਂ ਆਖਿਆ ਤਾਂ ਆਈ ਕਾਹਲ ਨਾ ਉੱਠ ਕੇ ਜੀ ਆ ਗਏ। ਅੱਛਾ ਹੋਰ ਨਹੀਂ ਤਾਂ ਫਿਰ ਹੁਣ ਹੋ ਗਿਆ ਨਾ, ਹੋਰ ਲੈ ਉਹਦਾ ਚੱਲ ਹੋਰ ਤਾਂ ਜਿੱਦੇ ਕੁਝ ਉਰੇ ਹੋ ਆਈ ਨਹੀਂ। ਕਿਤੇ ਉੱਤੇ ਦੇ ਦਾਂਗੇ ਬੇਬੇ, ਚੱਲ ਬਾਈ ਵੀ ਕੱਪੜੇ ਬਦਲਾ ਨਾ, ਫਿਰ ਸੰਨੀ ਨਹੀਂ ਪਾਊਂਗਾ, ਆਹ ਗਲਤੀ ਹੋ ਗਈ ਭੁੱਲ ਹੀ ਆਈ। ਸਾਨੂੰ ਆਏ ਜੀ ਨਹੀਂ ਕਰਦਾ ਪੈਸੇ ਦੇਣ ਨੂੰ ਕੁੜੀ ਨੂੰ, ਕੁੜੀ ਨੂੰ ਤਾਂ ਕਹਿੰਦੇ ਨੇ ਅਸੀਂ ਦੇਈਏ ਨਾ, ਬਾਹਲੇ ਸੂਮ ਨੇ ਗੇ, ਪਤਾ ਨਹੀਂ ਕਿਵੇਂ ਰੇਖੀ ਨਾ ਸੁਧਾਰ ਲੈ ਕੇ ਵਗ ਜਾਂਦੇ ਨੇ, ਮਸਾ ਤੋੜ ਦਿੰਦੇ ਨੇ ਕਹਿ ਸੁਣ ਕੇ ਵੀ ਤੁਸੀਂ ਕੁੜੀ ਨੂੰ ਸੁਧਾਰਾ ਦਿਓ। ਭਾਈ ਕੁੜੀਆਂ ਸਭ ਕੁੜੀਆਂ ਦੇ ਪੇਕੇ ਆ ਗਏ, ਹੁਣ ਕਿ ਕੁੜੀ ਉਡੀਕਦੀ ਹੋਊਗੀ। ਮੈਂ ਪਾਣੀ ਪਿਉਣਾ ਕਹਿੰਦੇ ਕਰ ਤੋ ਫੋੜੀ ਮਾਰ ਦੇ। ਹਾਂ ਮੈਂ ਫੋੜਾ ਮਾਰ ਦੇਣੀ ਕਰ ਦੇਣੀ ਗੋਹਾ ਜਿਹਾ ਇਕੱਠਾ। ਸੱਤ ਇੱਕ ਦਿਨ ਮੇਰੇ ਭੁੱਲ ਗਿਆ, ਮੈਂ ਤੈਨੂੰ ਕਹਿੰਦਾ ਇਹਦਾ ਕਿੰਨਾ ਚਿਰ ਰਹਿ ਗਿਆ ਆਪਣੀ ਮੱਝ ਦਾ, ਇਹਦਾ ਇਹਦੇ 2 ਮਹੀਨੇ ਰਹੀ। 2 ਮਹੀਨੇ ਰਹੀ? ਹਾਂ ਅੱਛੂ ਦੀ ਸੁਗੂ ਵੀ ਕਰਦੇ ਅੱਛੂ ਦੀ ਸੁਗੂ। ਬਹੁਤ ਚੰਗੀ ਮਾਂ ਦੀ ਆ, ਆਪਣੀ ਮਾਂ ਵਰਗੀ ਬਣ ਗਈ ਜਮਾਂ। ਹਾਂ ਹੋਰ ਹੁਣ ਰਵੇ ਤਾਂ ਹੀ ਤਾਂ ਫਰਕ ਹੁੰਦਾ ਹੈ। ਪਾਲੀ ਬੜੀ ਸ਼ੌਂਕਦੀ ਆ ਪੰਜ। ਹਾਂ ਪਾਲੀ ਵੀ ਤਾਂ ਇਹ ਖਾਂਦੀ ਪੀਂਦੀ ਵਾਹਵਾ ਵਧੀਆ, ਤੁਸੀਂ ਮਰਜ਼ੀ ਪਾ ਦੇ ਤਾਂ ਉਹਨੂੰ ਮਰਜ਼ੀ ਤੋਂ ਖਾ ਲੈਂਦੀ। ਹਾਂ ਤਾਂ ਹੀ ਤਾਂ 2 ਸਾਲਾਂ 'ਚ ਤਿਆਰ ਹੋ ਗਈ, ਦੇਖ ਲੈਣਾ ਸੀ ਉਹੀ ਗੱਲ 5-6 ਸਾਲਾਂ ਦਾ ਜਾ ਕੇ ਬਣ ਗਈ ਜੇ ਤੇ। ਹਾਂ ਨਾ ਤੇ ਵਧੀਆ, ਹਾਂ ਬਹੁਤ ਵਧੀਆ ਜੀ। ਚੱਲ ਮੈਂ ਕਰਦੀ ਉਹ ਹਜੇ ਮਾਰਿਓ ਠੀਕ ਹੈ ਭਾਈ। ਹਾਂ ਠੀਕ ਆ ਵਧੀਆ, 5 ਰੁਪਏ ਬੇਬੇ ਬੈਠੀ ਗਾ। ਹਾਂ ਬੈਠੀ ਹੈ ਬੇਬੇ। ਬਾਈ ਨੂੰ ਵੀ ਮੈਂ ਆਉਂਗੀ। ਹਾਂ ਵਧੀਆ ਸੀ ਬੇਬੇ, ਮੇਰਾ ਜਮਾਈ ਉਹ ਵੀ ਠੀਕ ਹੈ ਬੇਬੇ। ਹਾਂ ਆ ਜਾਂਦਾ ਬੇਬੇ, ਸੱਸ ਵੀ ਠੀਕ ਹੈ ਬੇਬੇ। ਚੱਲ ਬਾਹਰਲੇ ਬੰਦੇ ਦੀ ਬੇਬੇ ਹੁੰਦੀ ਹੈ ਫਿਕਰ। ਹੋਰ ਫਿਕਰ ਤਾਂ ਹੁੰਦਾ ਹੀ ਹੈ, ਫਿਕਰ ਤਾਂ ਪਾਣੀ ਲੈ ਲੈ ਪੀ ਲੈ ਵੀ ਪਾਣੀ। ਹੋਰ ਘਰੇ ਠੀਕ ਠਾਕ ਸੀ ਭੈਣ? ਹਾਂ ਵਧੀਆ ਸੀ ਭਾਬੀ। ਚੱਲ ਚੰਗੀ ਗੱਲ। ਹੋਰ ਮਾਸੀ ਕਿਵੇਂ ਠੀਕ ਸੀ? ਹਾਂ ਵਧੀਆ ਸੀ ਭਾਬੀ, ਆਪਣੇ ਦੱਸ। ਮੋਦੀ ਆ ਗਏ ਸੀ ਕਿ ਦੂਜੇ ਦਿਨ ਆਏ ਫਿਰ? ਨਾ ਦੂਜੇ ਦਿਨ ਆਏ ਸੀ ਭਾਬੀ। ਦੂਜੇ ਦਿਨ? ਹਾਂ ਚੱਲ ਉਹ ਕਹਿੰਦੇ ਵੀ ਸਾਨੂੰ ਫਿਰ ਮੈਂ ਰਾਤ ਲਾਇਆ, ਮੈਂ ਕਹਿੰਦੀ ਮੈਂ ਦੋਨੇ ਘਰਾਂ ਦੇ ਮਿਲਿਆ ਹੀ। ਚੱਲ ਚੱਲ ਫਿਰ ਉਹੀ ਰੱਖਾ ਜਾ ਹੋ ਜਾਂਦਾ ਭਾਬੀ ਕਹਿੰਦੇ। ਸਮਾਨ ਜਮਾ ਦੇ ਕੇ ਆਏ ਮੈਨੂੰ ਤਾਂ। ਹਾਂ ਕੋਈ ਨੀ ਖਾਂਦਾ ਬੇਬੇ ਅੱਜ ਕੱਲ ਤਾਂ ਇਹ ਜਾ ਸਮਾਨ ਤਾਂ। ਅੱਛਾ ਹੋਰ ਗਵਾਂਢੀਆਂ ਦੇ ਕੇ, ਗਵਾਂਢੀ ਕਹਿੰਦੇ ਕੀ ਇਹੋ ਜਿਹਾ ਸਮਾਨ ਹੁੰਦਾ? ਪਤਾ ਨੀ ਬੇਬੇ, ਇਹਨਾਂ ਤਾਂ ਤਿੰਨ ਚਾਰ ਡੱਬੇ ਚੱਜ ਦੇ ਦੂਜੀ ਮਿਠਾਈ ਦੀ ਲੈ ਜਾਂਦੇ ਹੈ, ਤੇ ਲੱਡੂ ਮੋਤੀ ਚੂਰ ਦੇ ਲੈ ਜਾਂਦੇ ਦੂਜੀ ਡੱਬੇ ਲੈ ਗਏ। ਉਹ ਚ ਬੇਬੇ ਹੋਈ ਗੱਲ, ਅੱਜ ਕੱਲ ਕੋਈ ਪਸੰਦ ਨੀ ਕਰਦਾ। ਹੋਰ ਪਸੰਦ ਨੀ ਕਰਦਾ ਪੁੱਤੇ, ਕੱਢਾ ਡੱਬਾ ਗੁਲਾਬ ਜਾਮਣ। ਹਾਂ ਤਾਂ ਇਹ ਤਾਂ ਕਹਿੰਦੇ ਬੇਬੇ ਨਾ ਮੈਨੂੰ ਬੇਬੇ ਕੋਈ ਸੂਟ ਦੇ ਕੇ ਆਇਆ ਬੇਬੇ, ਕੋਈ ਦੇ ਕੇ ਨੀ ਨਾ ਨਾ ਮੈਨੂੰ ਸੂਟ ਦੇ ਕੇ ਨਾ ਬੇਬੇ ਕੋਈ ਪੈਸਾ ਦੇ ਕੇ ਆਇਆ, ਮੈਨੂੰ ਤਾਂ 1000-2000 ਦੇ ਜਾਣਗੇ। ਅੱਛਾ ਤੇ ਨਾ ਬੇਬੇ ਪੈਸਾ ਦੇ ਕੇ ਆਇਆ। ਅੱਛਾ ਚੱਲ ਕੋਈ ਨਾ ਪੁੱਤ ਤੂੰ ਹੀ ਖਾਣ ਕਰ, ਤੈਨੂੰ ਆਈਡੀਆ ਦੂਸ ਕੇ। ਹਾਂ ਨਾ ਬੇਬੇ ਕੋਈ ਨਾ, ਤੂੰ ਤਾਂ ਦੇ ਦੇਂਗੀ ਮਾਤਾ ਵੀ, ਉਹਨਾਂ ਦੀ ਗੱਲ ਕਰਦੇ ਮੇਰੇ ਭਾਈ ਦੇ ਭਰਜਾਈ ਦੀ। ਵੀਰਪਾਲ ਆਈ ਬੈਠੀ ਹੈਗੀ,
ਸਤਿ ਸ੍ਰੀ ਅਕਾਲ ਤਾਈ। ਹਾਂ ਸਤਿ ਸ੍ਰੀ ਅਕਾਲ ਪੁੱਤਾ, ਕਿਵੇਂ ਵੀਰਪਾਲ? ਵਧੀਆ ਗਾਗਨ, ਤੂੰ ਦੱਸ? ਵਧੀਆ ਠੀਕ ਆ। ਹੁਣੇ ਆਈ ਸੀਗੀ? ਹਾਂ ਹੁਣੇ ਆਈ ਸੀਗਾ ਦਾ। ਹੋਰ ਆਪਣੇ ਦੱਸ ਗਾ ਦੇ। ਮੈਂ ਵੀ ਲੰਘੀ ਜਾਂਦੀ ਸੀ ਇੱਧਰ ਦੀ, ਮਹਾ ਚੱਲ ਵੀਰਪਾਲ ਆਈ ਬੈਠੀ ਹੈ, ਮਿਲ ਹੀ ਜਾਵਾਂ। ਹਾਂ ਕਿੰਨੇ ਟਾਈਮ ਬਾਅਦ ਤੋਂ ਮਿਲੇ ਆਪਾਂ, ਤਾਂ ਅਸਾਂ ਮਿਲਦੇ ਆਂਗੇ। ਹਾਂ ਹੋਰ ਤਾਈ ਵਧੀਆ ਰਹਿੰਦੀ? ਠੀਕ ਹੈ ਤੇਰੀ ਸਿਹਤ? ਹਾਂ ਠੀਕ ਹੈ ਪੁੱਤਾ, ਚੱਲ ਵਧੀਆ ਹੀ ਚਾਹੀਦੇ ਆ। ਨੂੰਹ ਪੁੱਤ ਵਧੀਆ ਸੇਵਾ ਕਰਦੇ ਆ? ਹਾਂ ਵਧੀਆ ਪੁੱਤ, ਚੱਲ ਵਧੀਆ ਹੈਗੇ। ਹਾਂ ਤੇ ਹੋਰ ਆਪਣੇ ਗਾਗਣ ਸਾਰੇ ਵਧੀਆ ਠੀਕ ਸੀਗੇ? ਵਧੀਆ। ਹਾਂ ਹਾਂ ਸਾਰੇ ਵਧੀਆ। ਆਪਣਾ ਪਰਿਵਾਰ ਦੱਸ? ਹਾਂ ਵਧੀਆ ਗਾਗਣ, ਬਾਈ ਦਾ ਫੋਨ ਆ ਜਾਂਦਾ? ਹਾਂ ਆ ਜਾਂਦਾ ਗਾਗਣ। ਚੱਲ ਵਧੀਆ ਹੀ ਚਾਹੀਦੇ ਆ। ਹਾਂ ਹੋਰ ਤਾਈ ਫਿਰ ਦੇ ਆਏ ਸੁਨਹਿਰਾ ਤੀਆਂ ਦਾ? ਹਾਂ ਦੇ ਆਏ ਪੁੱਤ। ਅੱਛਾ ਵਧੀਆ ਦੇ ਆਏ ਫਿਰ, ਪਤਾ ਹੀ ਆ ਪੁੱਤ ਤੈਨੂੰ। ਤਾਈ ਮੈਨੂੰ ਕੀ ਪਤਾ ਵੀ ਕਿਹਾ ਜੇ ਕੁਛ ਚੱਲਦਾ ਹੋਣਾ? ਕੀ ਹੋ ਗਿਆ, ਤੂੰ ਗੱਲਾਂ ਜੀ ਕਾਹਤੋਂ ਕਰੀ ਜਾਂਦੀ ਆ? ਸੁਨਹਿਰਾ ਕਾਹਦਾ ਦੇ, ਪੈਸੇ ਦੇ ਕੇ ਸੂਟ ਦੇ ਬੂਹਾਂ ਮਰ ਜਾ। ਹੋਰ ਲੈ ਤਾਈ, ਇਹਦਾ ਵੀ ਹਿੱਸਾ ਹੈਗਾ, ਤੇਰਾ ਵੀ ਹਿੱਸਾ। ਹਿੱਸਾ ਤਾਂ ਹੈਗਾ ਹੋਰ। ਹਾਂ ਕਬੀਲਦਾਰੀ ਹੁਣ ਬਾਈ ਵਰਗਿਆਂ ਕੋਲ ਹੋਊਗੀ। ਹਾਂ ਉਹਨਾਂ ਕੋਲ ਆ। ਅੱਛਾ ਫਿਰ ਇਹ ਤਾਂ ਮਾੜੀ ਗੱਲ ਆ ਬਈ। ਹੋਰ ਗਾਗਣ ਅੱਜ ਕੱਲ ਤਾਂ ਸਮਾਨ ਵਾਲਾ ਵਧੀਆ ਦੇਖ ਕੇ ਆਉਂਦਾ ਹੈਗਾ। ਹਾਂ ਕੱਪੜਾ ਇਹ ਤਰੀਕੇ ਚ ਭਾਈ ਦਿਖਾਉਣਾ ਹੁੰਦਾ, ਨੱਕ ਤੇਰਾ ਤਾਂ ਜਮੇ ਵੱਢਿਆ ਗਿਆ ਦੇਖ ਉੱਥੇ। ਫਿਰ ਕੀ ਦਿਖਾਊ ਜਵਾਕੜੀ? ਤੂੰ ਚੱਲ ਹਿੱਸਾ ਨਾ ਕਰ, ਤੈਨੂੰ ਮੈਂ ਦੇ ਦੂੰ ਪੈਸੇ ਸੂਟ ਦੇ। ਤੂੰ ਐ ਕਰਿਆ ਕਰ ਤਾਈ, ਜਿਹੜੀ 1500 ਪੈਸੇ ਆਉਂਦੀ ਆ ਇਸ ਕੁੜੀ ਨੂੰ ਹੀ ਦੇ ਦਿਆ ਕਰ, ਆਪਦੇ ਨੂੰ। ਤੁਸੀਂ ਫੜਾਇਆ ਕਰ ਉਹਨਾਂ ਨੂੰ। ਸੂਟ ਨਹੀਂ ਦੇ ਪੈਸੇ ਦੇ ਕੁੜੀ ਨੂੰ? ਹਾਂ ਮੈਂ ਤਾਂ ਸੀ, ਮੈਂ 1000-2000 ਰੁਪਇਆ ਦੇ ਜਾਣਗੇ ਮੈਨੂੰ, ਲੈ ਮੇਰੇ 100 ਅਰਥ ਆ ਜਾਊਗਾ। ਤਾਈ ਇਹਨਾਂ ਨੇ ਤਾਂ ਬਾਹਲੀ ਮਾੜੀ ਕਰੀ ਹਨਾ, ਧੀ ਵਾਲ ਫਿਰ ਵੀ ਇਸ ਘਰ ਦੀ ਮਾੜਾ ਮੋਟਾ ਤਾਂ ਕੁਛ ਦੇ ਕੇ ਆਉਂਦੇ ਚੱਜ ਨਾ। ਹੋਰ ਐ ਕਰਦੇ ਆ ਮਾਂ, ਫਿਰ ਨਾ ਤਾਂ ਫਿਰ ਐ ਦੱਸ ਪੁੱਤ ਮੈਨੂੰ, ਦੁੱਧ ਕ ਹੈਗਾ? ਦੁੱਧ ਬੇਬੇ ਅਸੀਂ ਮੁੱਲ ਲੈਨੇ ਆ 2 ਕਿਲੋ ਮੁੱਲ ਲੈ ਲੈਣੇ ਬੇਬੇ। ਤੇ ਚਾਹ ਪਾਣੀ ਤਾਂ ਫੜਾ ਗਈ ਹੋਊ ਫਿਰ ਕੁੜੀ ਨੂੰ? ਚਾਹ ਪਾਣੀ ਤਾਂ ਫੜਾ ਗਈ। ਅੱਛਾ ਉਹ ਗਾਗਣ ਪਸ਼ੂਆਂ ਕੰਨੀ ਗਈ ਸੀ ਭਾਬੀ, ਕਹਿੰਦੇ ਮੈਂ ਪਸ਼ੂ ਜੇ ਸਾਂਭਿਆ। ਉਹ ਤਾਂ ਇਹ ਨੀ ਪਤਾ ਤੈਨੂੰ ਦੇ ਕੇ ਟਲ ਗਈ ਹੋਵੇ, ਮੈਨੂੰ ਤਾਂ ਲੱਗਦਾ ਨਹੀਂ ਗਾ ਵੀ ਪਾਣੀ ਪਾ ਲਈ ਸੀ ਗਾ। ਕੀ ਪਤਾ ਗਾਣਾ ਗਾਗਣ ਕਿਹੜਾ ਪਾਣੀ ਦੇ ਗਈ। ਉਹ ਕਹਿੰਦੀ ਆ ਕੇ ਮੈਂ ਤੈਨੂੰ ਵੀਰਪਾਲੇ ਚਾਹ ਕਰਦੀ ਆ, ਤੁਸੀਂ ਮਾਮਾ ਧੀਆਂ ਗੱਲਾਂ ਕਰੋ। ਮੈਂ ਚੱਲ ਅਸੀਂ ਗੱਲਾਂ ਕਰ ਲਾਂਗੇ। ਚੱਲ ਤਾਈ ਆਏ ਆ ਪੇਕੇ, ਜੇ ਹੁਣ ਧੀਆਂ ਦੇਖ ਲੈ ਮਿਲਣ ਆਉਂਦੀਆਂ, ਮਾਂ ਪਿਓ ਤੱਕ ਹੀ ਹੁੰਦਾ ਗਾ, ਜਿਹੜੇ ਭਰਾ ਭਰਜਾਈਆਂ ਹੁੰਦੀਆਂ ਤਾਂ ਸਾਰੇ ਮਤਲਬ ਦੇ ਹੁੰਦੇ ਆ। ਤਾਈ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਵੀ ਤੂੰ ਮਾੜੀ ਮੋਟੀ ਕਬੀਲਦਾਰੀ ਫੜ, ਮਾੜਾ ਮੋਟਾ ਤੂੰ ਰੋਹਬ ਚ ਲਾ, ਇਸ ਘਰ ਚ ਤੂੰ ਤੇਰੀ ਕਿਹੜਾ ਚੱਲ ਨਹੀਂ ਸਕਦੀ। ਵੀਰਪਾਲ ਨੂੰ ਝੋਟੀ ਦੇਉ। ਹਾਂ ਤੂੰ ਵੀ ਦੇ ਸਕਾਂਦੀ ਧੀ ਨੂੰ ਆਪਦੀ ਨੂੰ, ਦੇਉਂਗੀ ਝੋਟੀ ਦੇਉਂਗੀ। ਹਾਂ ਆਹ ਤਾਂ ਬਣ ਠਣ ਕੇ ਜਾਂਦੀ ਆ ਨੇਰੇ ਬੇਬੜੇ, ਮੈਨੂੰ ਕਿਰਾਏ ਨਾ ਕਰਨਾ ਭਰਜਾਈ, ਭਾਈ ਲੈਣ ਨਾ ਪੈਣਾ ਵੀ ਝੋਟੀ ਲੈ ਗਈ ਸਾਡੀ, ਲੈਣ ਨਾ ਪੈਣ ਬੇਬੇ ਘਰੇ ਲੜਾਈ ਲੜਾਈ ਦੇ ਫੜ ਕਿਵੇਂ ਪੈਣਗੇ, ਤੇਰਾ ਵੀ ਹੱਕ ਬਣਦਾ ਇਸ ਘਰ ਚ। ਸੁਣ ਵੀਰਪਾਲ ਤੇਰਾ ਵੀ ਹਿੱਸਾ ਘਰ ਚ, ਮੈਂ ਬੈਠੀ ਆ ਮੇਰਾ ਉਹ ਤਾਂ ਹੈਗਾ ਬੇਬੇ, ਫਿਰ ਵੀ ਭਰਜਾਈ ਭਾਈ ਨਾ ਵਰਤਣਾ ਬਹੁ, ਅਗਲਾ ਕਹੂਗਾ ਮੈਂ ਖੋਲ ਕੇ ਲੈ ਗਈ ਨਾ। ਤਾਈ ਫਿਰ ਪੈਸੇ ਨਹੀਂ ਦਿੱਤੇ ਕੁੜੀ ਨੂੰ, ਹੈ ਸਾਗਣ ਨਹੀਂ ਦਿੱਤਾ ਉਹਨਾਂ ਨੇ, ਨਾ ਦੇ ਕੇ ਨਹੀਂ ਆਏ। ਦੇਖ ਲਾ ਕਿੱਡੀ ਹਣਾ ਨੇ ਹੱਟੀ ਦੀ ਗੱਲ ਆ ਵੀ ਸਾਗਾਂ ਤਾਂ ਦੇ ਆਓ ਤੁਸੀਂ ਜਵਾਕੜੀ ਨੂੰ, ਸਾਲਾਂ ਵੱਧ ਤਿਉਹਾਰ ਆਉਂਦਾ ਗਾ। ਆਉਂਦਾ ਹੋਇਆ ਬੇਬੇ ਮੈਂ ਤਾਂ ਸਿਰ ਤੇ ਹੱਥ ਵੀ ਨਹੀਂ ਧਰ ਕੇ ਆਇਆ। ਅੱਛਾ ਪੈਸੇ ਤਾਂ ਕੀ ਦੇਣੇ ਬੇਬੇ, ਸਿਰ ਤੇ ਹੱਥ ਵੀ ਨਹੀਂ ਧਰ ਕੇ ਆਇਆ, ਐ ਕਰਿਆ ਮੈਂ ਨਾ ਬੇਬੇ, ਮੈਂ ਤਾਂ ਬਾਹਰ ਤੱਕ ਗਈ ਬੇਬੇ ਗੇਟ ਤੱਕ, ਸਿਰ ਤੇ ਹੱਥ ਨਹੀਂ ਧਰਿਆ। ਤਾਈ ਮੇਰੀ ਗੱਲ ਸੁਣ, ਮੈਂ ਤਾਂ ਕਹਿੰਦੀ ਤੂੰ ਕੁੰਜੀ ਫੜ ਲਾ ਉਹ ਤੋਂ, ਐਂ ਤਾਂ ਉਹ ਚਾਂਬੜ ਜੂਗੀ, ਜੇ ਉਹਦੇ ਹੱਥ 'ਚ ਕਬੀਲਦਾਰੀ ਆ ਸਾਰਾ ਤੈਨੂੰ ਲੁੱਟ ਕੇ ਖਾ ਜੂਗੀ। ਨਾ ਮੈਂ ਫੜੂੰਗੀ ਕੁੰਜੀ। ਹਾਂ ਤੂੰ ਮਾੜਾ ਮੋਟਾ ਰੋਬ ਦਿਖਾ, ਇੰਨਾ ਨਾ ਤੂੰ ਸਕਣੀ ਡਰ ਹੁੰਦਾ। ਮੈਂ ਆਪਣੀ ਧੀ ਨੂੰ ਝੋਟੀ ਦੇਵਾਂਗੀ। ਹੋਰ ਐ ਬੇਬੇ ਮੇਰਾ ਮੁੰਡੇ ਨੂੰ ਐ ਹੋ ਗਿਆ ਵੀ ਮੇਰੇ ਮਾਮਾ ਮਾਮੀਆਂ ਵੀ ਸੀ ਪੈਸੇ ਦੇ ਕੇ ਗਏ ਹੋਣਗੇ, ਮੰਮੀ ਮੈਨੂੰ ਦੇ ਕੇ ਗਏ, ਮਾਂ ਪੁੱਤ ਕੁਸੀ ਨਹੀਂ ਦੇ ਕੇ ਗਏ। ਹੈਂ ਮਾਂ ਪੁੱਤ ਕੋਈ ਨਾ ਕਿਤੇ ਮੈਂ ਗਈ ਤੇਰੇ ਮਾਂ ਤਾਂ ਬਣਦਾ ਹੀ ਸੀ ਦੇਣ ਦਾ। ਹਾਂ ਕਿਉਂ ਹੁੰਦਾ ਜਵਾਕ ਹੁੰਦਾ ਹੀ ਐ ਨਾ ਨਾ ਮਾਂ ਰਹੇਗੀ ਅੱਜ ਫਿਰ ਨਾ ਗਾਗਣ ਜਾਊਂਗੀ ਘਰੇ ਨਹੀਂ ਸਰਦਾ। ਮੈਂ ਤਾਂ ਇੱਧਰ ਦੀ ਲੰਘੀ ਜਾਂਦੀ ਸੀ ਫਿਰ ਉਹ ਤਾਂ ਬਾਹਰ ਖੁੱਲਾ ਸੀ, ਮਾਂ ਮੇਰਾ ਤਾਂ ਜੀ ਜਾ ਕੀਤਾ ਚੱਲ ਕੋਈ ਨਾ ਕਰਕੇ ਜਾਣਾ ਮਿਲ ਗਈ ਮੈਨੂੰ ਤੋਂ। ਹਾਂ ਵੀ ਚੱਲ ਤਾਈ ਆਏ ਤਾਂ ਹੁੰਦੇ ਹੀ ਕਿੰਨੇ ਦਿਨਾਂ ਵਾਧੋ, ਮੈਂ ਤਾਂ ਆਈ ਆਂਗੀ ਆਇਆ ਸਾਡੇ ਹੁਣ ਤਾਈ ਮੈਂ ਤਾਂ ਟਾਈਮ ਨਹੀਂ ਗਾ, ਸਾਡੇ ਕਹਿੰਦਾ ਝੋਨਾ ਲਾਈ ਜਾਂਦੇ ਹੁਣ ਤਾਂ ਚਾਹ ਭੇਜਣੀ ਹੈਗੀ। ਅੱਛਾ ਹੋਰ ਮੈਂ ਤਾਂ ਇਹ ਜੋਰ ਹੋਇਆ ਪਿਆ ਝੋਨੇ ਦਾ ਵੀ ਗਾਗਣਾ। ਹਾਂ ਜੋਰ ਹੋਇਆ ਪਿਆ। ਹੋਰ ਚੰਗਾ ਤਾਈ ਫਿਰ ਮੈਂ ਤਾਂ ਚੱਲੀ। ਅੱਛਾ ਜਾਣੀ ਦਾ ਹੋਰ ਜਾਣੀ ਹੈ ਤਾਈ, ਫਿਰ ਤੈਨੂੰ ਪਤਾ ਹੀ ਹੁਣ ਚਾਹ ਭੇਜਣੀ ਹੈਗੀ। ਚਾਹ ਪੀ ਕੇ ਜਿਹੜੀ ਗੱਲ ਤੈਨੂੰ ਮੈਂ ਕਹੀ ਆ ਮਾੜਾ ਮੋਟਾ ਦਿਮਾਗ ਚ ਪਾ ਲਈ,
ਕੋਈ ਨਾ ਉਹ ਤਾਂ ਮੈਂ ਪਾ ਲੂ। ਹਾਂ ਕੁਲਵਿੰਦਰ ਚਾਹ ਕਰਦੇ ਤੂੰ ਚਾਹ ਪੀ ਕੇ ਲੈ। ਨਹੀਂ ਨਹੀਂ ਤਾਈ ਹੁਣ ਤਾਂ ਮੈਂ ਚਾਹ ਫੇਰ ਪੀਊਂਗੀ, ਫੇਰ ਕਿਤੇ ਨਹੀਂ ਵੀਰ ਭਾਈ ਹੁਣ ਮੈਨੂੰ ਕੰਮ ਆ ਗਿਆ ਘਰੇ। ਹਾਂ ਮਾੜਾ ਮੋਟਾ ਚੱਲ ਹੁਣ ਤੂੰ ਆ ਕੇ ਹੱਥ ਚ ਰੱਖਿਆ ਕਰ ਪੈਸਾ ਧੇਲ ਕੁੜੀ ਨੂੰ ਦਿਆ ਕਰ ਮਾੜਾ ਮੋਟਾ। ਨਾ ਕੁੜੀ ਨੂੰ ਤਾਂ ਦੇਉਂਗੀ। ਹਾਂ ਮੈਨੂੰ ਕੌਣ ਰੋਕੂ ਦੇ। ਹੋਰ ਹੁਣ ਮੇਰੀ ਗੱਲ ਸੁਣ ਤਾਈ, ਉਹ ਤਾਂ ਬੰਦ ਸੰਬੰਧੀ ਦੇ ਸੂਟ ਪਾ ਪਾ ਜਾਂਦੀ ਆ, ਇੱਕ ਸੂਟ ਵੀ ਨੀ ਦੇ ਸਕੇ ਜਵਾਕੜੀ ਨੂੰ। ਹੋਰ ਬੇਬੇ ਮੈਨੂੰ ਤਾਂ ਮੈਂ ਸੂਟ ਵੀ ਲਿਆਈ ਹੋਊਗੀ ਨਾਲ। ਚੰਗਾ ਫਿਰ ਤਾਈ ਮੈਂ ਜਾਨੀ ਆ। ਚੰਗਾ ਪੁੱਤ। ਚੰਗਾ ਵੀਰ ਭਾਈ। ਚੰਗਾ ਦਾਦਾ। ਹਾਂ ਜੀ ਉਧਰ ਗੇੜਾ ਮਾਰ ਰਿਹਾ, ਆਉਂਗੀ ਗਾਗਨ ਮੈਂ। ਹਾਂ ਚੰਗਾ ਤਾਈ। ਚੰਗਾ ਬਾਗੀ ਭੈਣੇ ਗਾਗਨ ਚਾਹ ਪੀ ਕੇ ਮਾਰੀ ਜਾਨੀ। ਨਹੀਂ ਬਸ ਭੈਣੇ ਉਹ ਨਾ ਅਸੀਂ ਝੋਨਾ ਲਾਈ ਜਾਂਦੇ ਆਗੇ ਤੇ ਚਾਰ ਹੀ ਧਰਨੀ ਆ ਜਾ ਕੇ, ਫੇਰ ਕਿਤੇ ਗੇੜਾ ਮਾਰ ਕੇ ਜਾਊਂ। ਮੈਂ ਤਾਂ ਵੀਰਪਾਲ ਦਾ ਆ ਗਿਆ ਕਰਕੇ ਆ ਗਈ, ਇਧਰ ਲੰਘੀ ਜਾਂਦੀ ਸੀ, ਮੈਂ ਚੱਲ ਵੀਰਪਾਲ ਨੂੰ ਮਿਲ ਜਾਊਂਗੀ। ਹਾਂ ਚੱਲ ਵਧੀਆ ਕਰਿਆ ਵੀਰਪਾਲ ਨੂੰ ਤਾਂ ਮਿਲ ਗਈ, ਮੈਂ ਚਾਹ ਬਣਾਉਂਗੀ। ਹੋਰ 2 ਮਿੰਟ ਚੱਲ ਮੈਂ ਗੱਲਾਂ ਕਰ ਗਈ, ਅੱਜ ਮਾੜਾ ਮੋਟਾ ਚੱਲ ਆਏ ਜੇ ਸੀ, ਕੰਮ ਧੰਦਾ ਕਰਕੇ ਮੇਰਾ ਜੀ ਜਾ ਕੀਤਾ, ਮੈਂ ਜਾਇਆ ਵਾਂ। ਹੋਰ ਚੱਲ ਵਧੀਆ ਕਰਿਆ। ਚੰਗਾ ਭੈਣੇ ਫਿਰ ਮੈਂ ਤਾਂ ਜਾਨੀ ਆ। ਚੰਗਾ ਵੀਰਪਾਲ ਫਿਰ ਦੇਖਣਾ ਰਹੇਗੀ ਤੂੰ ਅੱਜ? ਨਾ ਬੇਬੇ ਘਰੇ ਤਾਂ ਤੈਨੂੰ ਪਤਾ ਬਿੰਦ ਨੀ ਸਰਦਾ। ਅੱਛਾ ਫਿਰ ਬੇਬੇ ਉਹ ਘਰੇ ਨੀ ਹੈਗਾ ਜਵਾਕ ਨਿਆਣਾ, ਹੁਣ ਬੁੜੀਆਂ ਬੁੜੀਆਂ ਦਾ ਅੱਜ ਕੱਲ ਬੇਬੇ ਕੀ ਬੱਟੀ ਦਾ ਬੱਟੀ ਦੀ ਗੱਲ ਹੈ, ਅੱਜ ਕੱਲ ਤੈਨੂੰ ਪਤਾ ਨਸ਼ੇ ਪੱਤਿਆਂ ਦੀ ਬਾਹਲੀ ਆ ਦੁਨੀਆ ਹੈ, ਵਿਆਹਲਾ ਕਹਿੰਦਾ ਵੀ ਜਵਾਕ ਨਿਆਣਾ ਗਾ ਹੈ, ਵੀ ਚੱਲ ਅਸੀਂ ਗੱਲਾਂ ਬਾਤਾਂ ਨਾਲ ਸਾਜੇ ਸੱਸ ਨੂੰਹਾਂ ਦਾ ਟਾਈਮ ਪਾਸ ਹੋ ਜਾਂਦਾ, ਪਾਸ ਹੋ ਜਾਂਦਾ ਹੈ, ਇਹ ਤਾਂ ਹੈਗਾ। ਮੈਨੂੰ ਤਾਂ ਐ ਸੀਗਾ ਵੀਰ ਭਾਈ ਨੂੰ ਰਾਤ ਨਹੀਂ ਗਈ, ਆਪਾਂ ਰਾਤ ਨੂੰ ਦੁੱਖ ਕਰਾਂਗੇ ਮਾਂ ਮਤੀਆਂ। ਰਾਤ ਬੇਬੇ ਹੁਣ ਕਿੱਥੇ ਰਹੇ ਆ, ਤੈਨੂੰ ਪਤਾ ਹੀ ਹੈਗਾ, ਕੱਲੀ ਕਹਿ ਰਹੀ ਆ ਮੈਂ। ਕੱਲੇ ਕਹਿ ਰਹੇ ਤਾਂ ਪਿੱਛੇ ਰਹਿ ਜਾਂਦਾ ਪਤਾ। ਹੋਰ ਬੇਬੇ ਵਾਲਾ ਔਖਾ ਹੈਗਾ ਬੰਦੇ ਨੂੰ ਕੱਲੇ ਨੂੰ ਤਾਂ। ਚੱਲ ਵਧੀਆ ਕਰਿਆ ਭੈਣੇ ਛੇਤੀ ਤੇ ਤਾਂ ਪਰਾਲਾ ਕਰਿਆ, ਗੇੜਾ ਮਾਰ ਲਿਆ। ਹੋਰ ਮੈਂ ਕਿਹਾ ਭਾਬੀ ਵਿੱਚ ਮੇਰੇ ਜੀ ਜਾ ਉੱਠਿਆ, ਮੈਂ ਭੱਜ ਕੇ ਮਿਲ ਕੇ ਆਉਣੀ ਆ ਜਾ ਕੇ। ਚੱਲ ਵਧੀਆ ਕਰਿਆ ਭੈਣੇ, ਇਹ ਤਾਂ ਹੈਗਾ। ਹਾਂ ਮੈਨੂੰ ਤਾਂ ਆਈ ਸੀ, ਮੈਂ ਕਿਹਾ ਚੱਲ ਭੈਣਾ ਇਹ ਨਾ ਆਖੇ ਵੀ ਮੈਂ ਤਾਂ ਹੁਣ ਅਸੂ ਕੱਤੇ ਜੀ ਜਾਊਂਗੀ, ਹੁਣ ਤਾਂ ਭਾਬੀ ਦੇ ਵੀ ਰਾ ਕੇ ਗਏ ਨੇ। ਨਾ ਭਾਬੀ ਮੈਂ ਮੇਰਾ ਤਾਂ ਵਾਲਾ ਜੀ ਕਰਿਆ, ਮੈਂ ਨਾ ਮੇਰੇ ਤਾਂ ਕਈ ਵੀ ਰਿਕਤ ਹੋਲ ਜੇ ਪਏ, ਮੈਂ ਭੱਜ ਕੇ ਮਿਲ ਕੇ ਆਵਾਂ, ਮੈਂ ਚੱਲ ਅੱਜ ਜਾਇਆ ਫਿਰ ਮੈਂ ਕਿਤੇ ਜਵਾਕ ਨੂੰ ਕਿਤੇ ਸੁੱਟੀ ਹੋਈ ਉਦੇ ਮਿਲ ਆਵਾਂਗੀ ਭਾਬੀ। ਹਾਂ ਇਹ ਤਾਂ ਗੱਲ ਹੈਗੀ ਆ, ਬਾਕੀ ਭੈਣੇ ਅਸੀਂ ਮਿਲੇ ਆਏ ਸੀ ਭਾਵੇਂ। ਹਾਂ ਤਾਂ ਤਾਂ ਕਹਿੰਦੇ ਆ ਮਾਮਾ ਧੀਆਂ ਦੀ 100 ਗੁਰਮਤ ਹੁੰਦੀ ਆ ਭਾਬੀ। ਚੱਲ ਸੱਚੀ ਆ। ਹਾਂ ਚੱਲ ਵਧੀਆ ਕਰਿਆ ਤਾਂ ਤਾਂ ਕਹਿੰਦੇ ਆ ਭਾਬੀ। ਹੋਰ ਕੱਲੇ ਕਹਿ ਰਹੇ ਬੇਬੇ ਔਖਾ ਵੀ ਹੈ ਕੰਮ ਦਾ, ਹੋਰ ਕਿਸੇ ਕੋਲ ਖੜ ਗਏ ਪੁੱਛਣ ਲੱਗ ਗਏ ਹੋਣਗੇ ਝੋਨਾ ਝੋਨਾ ਲਾਉਣਾ ਬੇਬੇ। ਹੋਰ ਭਾਈ ਕਰ ਲਈਆਂ ਗੱਲਾਂ ਬਾਤਾਂ? ਹਾਂ ਕਿੱਧਰ ਭੱਜ ਗਏ ਸੀ ਬਾਈ? ਉਹ ਬਾਈ ਫੀਡ ਜੀ ਮੁੱਕੀ ਪਈ, ਮੈਂ ਲੱਗਦਾ ਭਾਈ ਚੱਕ ਲਿਆ ਮੈਂ। ਅੱਛਾ ਮੈਂ ਹਾਂ ਬਾਈ ਪਾਣੀ ਆ ਪਿਆ ਕੇ ਫਿਰ ਉਧਰ ਹੀ ਲੰਘ ਗਿਆ, ਆਪਣੇ ਅੱਡੇ ਤੇ ਉੱਥੋਂ ਲਿਆ ਮੈਂ ਚੱਕ ਲਿਆ। ਅੱਛਾ ਇਹ ਵੀ ਨਾ ਵੀ ਨਹੀਂ ਸਹੀ ਸਰਦਾ ਬਾਈ, ਉਹ ਫਿਰ ਦੁੱਧ ਨਹੀਂ ਦਿੰਦੇ ਭਾਈ ਮੈਂ ਸਾਂ। ਹਾਂ ਦੁੱਧ ਘੱਟ ਜਾਂਦੇ ਬਾਈ ਨਾਲ ਦਿਆਂ, ਕੱਖੀ ਨਹੀਂ ਖਾਂਦੇ ਵੀ ਸੁਭਾਅ ਪੈ ਗਿਆ ਫੀਡ ਤੇ ਲੱਗ ਗਿਆ। ਬਿੰਦਰ ਹਾਂ ਬੇਬੇ ਤੁਸੀਂ ਮਠਿਆਈ ਕਿੱਥੋਂ ਲੈ ਕੇ ਗਏ ਸੀ? ਵੀ ਦੁਕਾਨ ਤੋਂ ਲੈ ਕੇ ਹਰਵਾ। ਚੱਲ ਬੇਬੇ ਚੁੱਪ ਕਰ ਜਾ। ਕੀ ਗੱਲ ਬੇਬੇ? ਹਾਂ ਕਹਿੰਦੇ ਖਰਾਬ ਸੀ ਮਠਿਆਈ, ਇਹ ਕੇ ਖਰਾਬ ਸੀ ਬਾਲ ਕਹਿੰਦੀ ਵੀ ਹੋਰ ਵੀ ਜੇ ਸੀ। ਬੇਬੇ ਹੋਰ ਵੀ ਕਿੰਨੇ ਲਈ ਜਾਂਦੇ ਉੱਥੋਂ ਤਾਂ, ਪਰ ਮੈਂ ਵੀ ਉੱਥੋਂ ਲੈ ਲਈ ਦੁਕਾਨ ਚ, ਕੋਈ ਮਾੜਾ ਮੋਟਾ ਕੋਈ ਤੇ ਬੇਹੂਏ ਨਾ ਧਰਤੀ, ਉਹਨਾਂ ਟਰੇ ਜੀ ਭਰੀ ਪਈ ਸੀ ਲੱਡੂਆਂ ਦੀ, ਉੱਥੋਂ ਪਵਾਏ ਨੇ ਲੱਡੂ ਮੈਂ। ਚੱਲ ਕੋਈ ਨਾ ਪੁੱਤ ਉਹ ਤਾਂ ਹੋਊਗਾ ਵੀ, ਮੈਂ ਤੈਨੂੰ ਪੁੱਤਾਂ ਕਹਿੰਦੀ ਸੀ ਵੀਰਪਾਲ ਕੇ ਦੁੱਧ ਨਹੀਂ ਹੈਗਾ, ਆਪਣੀ ਝੋਟੀ ਸੁਣ ਆਈ ਗਿਆ ਆਪਾਂ ਝੋਟੀ ਦੇ ਦੇਣਾ ਵੀਰਪਾਲ ਨੂੰ। ਕਿਉਂ ਪੁੱਤ ਬੋਲਿਆ ਨੀ? ਚੱਲ ਬੇਬੇ ਸੋਚਾਂਗੇ, ਕੋਈ ਗੱਲ ਨੀ ਸੋਚਦੇ ਫਿਰ। ਸੋਚਣ ਨੀ ਪੁੱਤ, ਹੁਣ ਇਹਨੇ ਦੁੱਧ ਨੀ ਹੈਗਾ, ਕਿਹਦੇ ਜਾਊ ਜਵਾਕ ਦੀ ਦੁੱਧ ਲੈਣਾ। ਚੰਗਾ ਬੇਬੇ ਫਿਰ ਮੈਂ ਚੱਲਦੀ ਆ। ਚੰਗਾ ਰਹਿ ਜਾਂਦੇ ਭਾਈ ਅੱਜ ਤੁਸੀਂ।
ਬਈ ਘਰੇ ਨੀ ਸਰਦਾ ਹੈਗਾ ਬਈ ਘਰੇ ਬਈ ਹਰੇਕ ਦੀ ਹਾਂ ਮੁੰਡਾ ਆਉਣ ਵਾਲਾ ਬਈ ਇਕੱਲੇ ਘਰ ਹਰੇਕ ਜਣਾ ਹੋ ਅੱਗੇ ਤਾਂ ਰਹਿ ਰੂ ਜਾਂਦੇ ਐਦਾਂ ਕਹਿੰਦੇ ਆ ਬਈ ਲੱਖਾ ਜੇ ਵੀ ਪਰ ਮੈਂ ਤੈਨੂੰ ਸਮਾਨ ਫੜਾਉਂਦਾ ਆ ਜਾ ਵੇ ਮੰਡੀ ਆ ਜਾ ਬੇਬੇ ਬਾਹਰ ਟਾਈਮ ਨਾ ਲਾ ਮੇਰੀ ਬੱਸ ਲੰਘ ਜੂ ਬੇਬੇ ਹੋਰ ਫਿਰ ਬਾਬਾ ਟਾਈਮ ਚਿਰ ਨੀ ਆਉਂਦੀ ਬਾਬੇ ਬੱਸ ਠੀਕ ਹੈ ਬੇਬੇ ਠੀਕ ਖਰਜਾ ਇੱਧਰ ਹੋ ਜਾ ਮੈਂ ਕੱਦੂ ਪਾ ਦਿਆ ਕਿੱਥੇ ਮੁੱਲ ਲੈਣਗੀ ਤੂੰ ਹੋਰ ਬੇਬੇ ਨਾਲੇ ਤੂੰ ਮੇਰੀ ਗੱਲ ਸੁਣ ਪੁੱਤ ਹਾਂ ਬੇਬੇ ਸੁਣਾ ਦੇ ਝੋਟੀ ਦੇਵਾਂਗੇ ਤੈਨੂੰ ਠੀਕ ਹੈ ਬੇਬੇ ਹਾਂ ਆ ਜਾ ਚੰਗਾ ਬਾਈ ਚੰਗਾ ਬਾਈ ਕੱਦੂ ਦੇ ਦੋ ਸੂਟ ਦੇ ਨਾਲੇ 3000 ਰੁਪਇਆ ਦੇਤਾ ਮੈਂ ਤਾਂ ਮੌਜ ਬਣ ਗਈ ਵਧੀਆ ਹੋ ਗਿਆ ਬੇਬੇ ਤਾਂ ਰੰਗ ਲਾ ਤਾ ਇਹੀ ਜੀ ਮਾਂ ਸਭ ਨੂੰ ਦੇਵੇ ਬਹਿ ਜਾ ਜਾ ਹਾਂ ਦੱਸ ਪੁੱਤ ਬੇਬੇ ਤੂੰ ਗੱਲਾਂ ਕਹੀਆਂ ਕਰਨ ਲੱਗ ਗਈ ਕਿਆ ਵਿੰਦਰ ਹਾਂ ਤਾਂ ਲੱਡੂ ਨਾ ਮੇਰੀ ਭੈਣ ਨਾਲ ਕੋਈ ਦੁਸ਼ਮਣੀ ਸੀ ਮੇਰੀ ਵੀ ਲੱਡੂ ਮੈਂ ਖਰਾਬ ਲੈ ਗਿਆ ਦੁਕਾਨ ਤੋਂ ਲੈ ਕੇ ਗਿਆ ਹੁਣ ਕੀ ਪਤਾ ਉਹਨੇ ਤੇ ਕਿਹਾ ਕੁਝ ਫਰਕ ਹੋਵੇ ਫਿਰ ਦੇਖੇ ਨਾ ਪੁੱਤ ਵਧੀਆ ਤਾਂ ਲੈ ਜਾਂਦੇ ਕੋਈ ਬੇਬੇ ਹੁਣ ਲੈ ਮੈਂ ਸਾਰੇ ਲੋਕ ਲਈ ਵਧੀਆ ਲੈ ਮੈਂ ਮਾੜੇ ਲੈਤੇ ਨੇ ਨਹੀਂ ਮੇਰੀ ਗੱਲ ਸੁਣਾ ਕੁੜੀ ਕੋਲੇ ਗਏ ਸੀ ਕੋਈ ਗੁਲਾਬ ਜਾਮਨ ਲੜਬਾ ਲੈ ਜਾਂਦਾ ਕੋਈ ਰਸਗੁੱਲਿਆਂ ਦਾ ਲੈ ਜਾਂਦਾ ਲੱਡੂ ਲੈ ਗਿਆ ਉਹ ਜਿੰਨਾ ਕਹੋ ਤੇ ਭਾਰਤ ਕਦੇ ਮੋਟਰਸਾਈਕਲ ਤੇ ਹੋਰ ਕੀ ਲੱਦੀ ਉਹਨੂੰ ਹੋਣਾ ਗੱਡੀ ਤਾਂ ਮੇਰੇ ਕੋਲ ਹੈ ਨਹੀਂ ਗੀ ਪੀਪਾ ਹੋ ਗਿਆ ਲੱਡੂ ਲੁੱਡੂ ਜੇ ਹੋ ਗਏ ਹੋਰ ਕਿੰਨਾ ਸਮਾਨ ਲੈ ਜੀਏ ਫਿਰ ਉਹ ਤਾਂ ਉਹ ਕਰੀ ਜਾਂਦੀ ਆ ਪਹਿਲਾਂ ਜਦੋਂ ਕੁੜੀ ਪਈ ਆ ਨਾ ਤਾਂ ਉਹਨਾਂ ਮੈਨੂੰ ਜ਼ੋਰ ਲੈ ਤੇਰੇ ਸਾਹਮਣੇ ਲਾਇਰ 10 ਲੱਖ ਵੀ ਨਕ ਦਿੱਤਾ ਹਾਂ ਲਾਇਆ ਤੇ ਫਿਰ 10 ਲੱਖ ਵੀ ਉੱਤੇ ਲੱਗ ਗਿਆ ਹੁਣ ਹਾਂ ਅਸੀਂ ਮੈਨੂੰ ਕਿਸਾਨ ਦੀ ਘਾਬਤ ਇਹ ਆ ਵੀ ਕਹਿੰਦੇ ਕੁੜੀ ਰਿਸ਼ਤਾ ਮਾੜੇ ਘਰ ਨਾ ਹੋਵੇ ਸਾਰੀ ਉਮਰ ਤੂੜੀ ਛੱਡ ਕੇ ਆਉਣੀ ਪੈਂਦੀ ਹੈ ਹਾਂ ਠੀਕ ਹੈ ਨਾ ਹਾਂ ਫਿਰ ਮਾੜੇ ਘਰ ਕੀਤਾ ਆਪਾਂ ਨਾ ਘਾਬਤਾ ਵਧੀਆ ਫਿਰ ਮੈਂ ਕਦੋਂ ਕਹਿੰਦੇ ਆ ਫਿਰ ਉਹੀ ਤਾਂ ਗੱਲ ਮਾੜੇ ਕਿਤ ਕੀਤਾ ਫਿਰ ਕੁੜੀ ਦਾ ਹਿੱਸਾ ਇੱਥੇ ਕੁੜੀ ਨੂੰ ਆਪਾਂ ਸਾਰਾ ਦੇਖਣਾ ਤਿੱਥ ਤਿਹਾਰਾਂ ਤੇ ਜਾਣੇ ਆ ਇਹ ਵੀ ਹਿੱਸਾ ਜੜੀ ਰਹਿ ਗਿਆ ਕੁੜੀ ਕੋਲ ਤੋੜਾ ਕਹਿ ਦਾ ਤੋੜਾ ਹੈਗਾ ਪਰਾਉਣਾ ਚੰਗੀ ਨੌਕਰੀ ਤੇ ਲੱਗਿਆ ਹੋਇਆ ਹੈਗਾ ਤੇ ਜਮਾਂ ਨਹੀਂ ਤੋੜਾ ਹੈਗਾ ਤਨਖਾਹ ਹੁੰਦੀ ਵਾਧੂ ਕੀ ਦਾਤਾ ਦੇਖਣ ਦੇ ਕਦੇ ਹਿੱਸਾ ਹੁੰਦਾ ਹੈਗਾ ਹਿੱਸਾ ਨਾ ਮੁਕਦਾ ਪੂ ਕੀ ਹੋ ਗਿਆ ਕੀ ਹੋ ਗਿਆ ਮੈਂ ਤੈਨੂੰ ਤਾਂ ਕੁਲਵਿੰਦਰ ਗੱਲ ਕੋਈ ਦੱਸੀ ਨਹੀਂ ਕਿਤੇ ਅੱਛਾ ਭੈਣ ਕਿੱਥੇ ਭੈਣ ਤਾਂ ਬਾਗੀ ਕਿਉਂ ਐਂ ਕੇ ਬਾਗੀ ਹੋ ਲੈ ਮੈਂ ਤਾਂ ਦੋ ਪਾਥੀਆਂ ਦੀ ਲੋਟ ਕਰਨ ਬਾਗੀ ਲੈ ਮੈਂ ਕਾਲੀ ਤਾਂ ਮੁੜ ਕੇ ਆਈ ਆ ਮੈਂ ਕਿਹਾ ਭੈਣ ਨੇ ਜਾਣਾ ਹੋਊਗਾ ਪਤਾ ਨਹੀਂ ਬੇਬੇ ਤੋਰ ਕੇ ਆਈ ਹੈ ਉਹਦੀ ਬੱਸ ਨੰਗਦੀ ਸੀ ਕੁਲਵਿੰਦਰ ਉਹ ਕਹਿੰਦੀ ਕਵੇਲਾ ਹੋ ਗਿਆ ਮੈਨੂੰ ਮੈਂ ਬੇਬੇ 2 ਮਿੰਟਾਂ ਨਾਲ ਕਿੱਧਰ ਬੱਸ ਨੰਗਦੀ ਸੀ ਮੈਂ ਕਹਿ ਕੇ ਤਾਂ ਗਈ ਸੋਨੂੰ ਮੈਂ ਕਿਹਾ ਮੈਂ ਹੁਣੀ ਆ ਜਾਣੀ ਹੈ ਫਿਰ ਮਾੜਾ ਮੋਟਾ ਟਾਈਮ ਲੱਗਾ ਤੈਨੂੰ ਉਹ ਕਹਿੰਦੀ ਬੇਬੇ ਮੈਂ ਤਾਂ ਜਾਣੀ ਆ ਮੈਂ ਚੱਲ ਬਾਗ ਜਾ ਪੁੱਤਾ ਬੇਬੇ ਦਾ ਗੱਲ ਹੀ ਹੋਰ ਕਰਦੀ ਹੈ ਅੱਛਾ ਤੇ ਤੂੰ ਤਾਂ ਉਧਰ ਵੱਗ ਗਈ ਹਾਂ ਕੱਦੂਆਂ ਦੀ ਕੀ ਗੱਲ ਹੁੰਦੀ ਹੈ ਕੱਦੂ ਚੱਕ ਕੇ ਮੂੰਹ ਹੀ ਬੁਰੇ ਲੱਗਦੇ ਕੱਦੂ ਮੂੰਹ ਲੈ ਜਾਂਦਾ ਕੋਈ ਗੱਲ ਹੈ ਕੋਈ ਇਹ ਨਹੀਂ ਪਾਤੇ ਹੋਰ ਨਾਲ ਗੰਡੇ ਪਾਤੇ 5 ਕਿਲੋ ਚੱਲ ਕੋਈ ਨਾ ਕੋਈ ਨਹੀਂ ਸੰਗ ਲੱਗਦੀ ਐ ਚੀਜ਼ਾਂ ਲੈ ਜਾਂਦੇ ਨੂੰ ਨਾ ਗੰਡੇ ਹੈ ਨਹੀਂ ਸੀ ਬੇਬੇ ਪਹਿਣ ਕੇ ਚੱਲ ਕੋਈ ਨਾ ਦੇਖ ਨਾ ਕੁਲਵਿੰਦਰ ਆਪਣੇ ਦੇਖ ਨਾ ਇਕੱਠੇ ਲੈਤੇ ਦਵਿੰਦਰ ਨੇ ਗੱਟਾ ਚੱਲ ਮੈਂ ਆਖਿਆ ਕੋਈ ਗੱਲ ਨਹੀਂ ਚੱਲ ਮੈਂ 4 ਕਿਲੋ ਗੱਡੇ ਪਾਤੇ 5 ਕਿਲੋ ਕਿੱਡੀ ਕੋ ਗੱਲ ਹੈ ਜੀ ਕੋਈ ਜੀ ਕੁੜੀ ਐ ਚੱਕ ਕੇ ਤੁਰ ਕੇ ਕਹਿੰਦੇ ਨਾ ਭਾਈ ਮੈਨੂੰ ਫੂਈ ਸੰਗ ਆਉਂਦੀ ਐ ਜਿਹਦਾ ਕਿ ਮਾੜੇ ਘਰੇ ਪਈ ਆਪਾਂ ਕਹਿਦੀ ਪੈਣ ਤੇ ਭਾਈ ਔਖਾ ਹੈ ਰੰਗ ਲੱਗੇ ਨੇ ਉਹਨਾਂ ਦੇ ਘਰੇ ਐਡੀ ਵੱਡੀ ਕੋਠੀ ਪਾਈ ਹੋਈ ਐ ਵੀ ਬੱਸ ਤੇ ਉਹ ਆਈਆਂ ਸਭ ਵੀ ਤੂੰ ਲੌਂਕਦੀ ਜਾਏਗੀ ਲੈ ਦੇਖ ਲਾਂਗਾ ਭੈਣ ਤਾਂ ਆਪ ਇੰਨਾ ਲਾਲਚ ਬੜਾ ਜ਼ਿਆਦਾ ਲਾਲਚ ਕਰਦੀ ਐ ਇਹ ਤਾਂ ਜੰਮੀ ਹੱਦ ਹੈਗੀ ਪਿੱਟੀਆਂ ਲਿਜਾਂਦੀਆਂ ਹੁੰਦੀਆਂ ਨੇ ਪੇਕਿਆਂ ਕੋਲੋਂ ਹੋਰ ਦੱਸ ਕੀ ਹੋ ਗਿਆ ਜਿਵੇਂ ਰਾਹ ਸਿਰ ਦੀ ਗੱਲ ਹੁੰਦੀ ਐ ਕੋਈ
ਆਪਾਂ ਪਹਿਲੀ ਫੇਰ ਜ਼ੋਰ ਲਾਤਾ ਨਾਲੇ ਆਪਣਾ ਘਰ ਦੇਖ ਲਾ ਨਾਲੇ ਉਹਨਾਂ ਦਾ ਘਰ ਦੇਖ ਲਾ ਬੇਬੇ ਜਾ ਕੇ ਧੀਆਂ ਫੇਰ ਹੀ ਲਿਜਾਂਦੀਆਂ ਹੁੰਦੀਆਂ ਨੇ ਬੇਬੇ ਜੇ ਹੱਥ ਨਾ ਪੈਂਦਾ ਹੋਵੇ ਧੀਆਂ ਦਾ ਧੀਆਂ ਬੈਠੀਆਂ ਹੋਣ ਭੁੱਖੀਆਂ ਉਹਨਾਂ ਦੇ ਘਰੇ ਤਾਂ ਸੁੱਖਣਾ ਕੁੱਤੇ ਰਾਜ ਰਾਜ ਜਾਂਦੇ ਨੇ ਇੰਨਾ ਗੁੱਸਾ ਆਪਣੇ ਨੂੰ ਤਾਂ ਦੁੱਗਣੇ ਤਿੱਗਣੇ ਥਾਂ ਚ ਨੇ ਉਹ ਹੈਗੇ ਤਾਂ ਹੈਗੇ ਨੇ ਕੁਲਵਿੰਦਰ ਮੈਂ ਮੰਨਦੀ ਹਾਂ ਤੇ ਚੱਲ ਕੋਈ ਗੱਲ ਨੀ ਜੇ ਮਾਂ ਨੇ ਪਾ ਤੇ ਮਾਂ ਦਾ ਦਿਲ ਹੀ ਇਹੋ ਜਿਹਾ ਹੁੰਦਾ ਵੀ ਮੇਰੀ ਧੀ ਕਿੱਥੇ ਦੁਕਾਨਾਂ ਤੇ ਜਾਊਗੀ ਉਹ ਪਰਾਹੁਣਾ ਫੌਜ ਚ ਹੈ ਵੀ ਚੱਲ ਮੈਂ ਪਾ ਦਿੰਦੀ ਹਾਂ ਚਾਰ ਕਿਲੋ ਬੰਦੇ ਦੇਖ ਲੈ ਜਿਹੜੀ ਉਹ ਮੱਝ ਦੀ ਗੱਲ ਕਰਦੇ ਦੋ ਮਹੀਨੇ ਰਹਿ ਗਏ ਕਰਤੀ ਬੁੱਕ ਮੈਂ ਕਹਿੰਦੀ ਮੇਰਾ ਕੁੜੀ ਲੈ ਕੇ ਜਾਊਗੀ ਮੱਝ ਤੇ ਉਹਨੂੰ ਦੁੱਧ ਨੀ ਹੈਗਾ ਦੇਖ ਲੈ ਕਰ ਲੋ ਗੱਲ ਕੁੜੀ ਕੋਲ ਕੁੜੀ ਕੋਲ ਹੁਣ ਪੱਤਰ ਪੜਾਈ ਮੱਥੀ ਚ ਦੇਖਿਆ ਕੁੜੀ ਕੋਲ ਜਾ ਕੇ ਆਉਣਾ ਚੰਗਾ ਕਰਨਾ ਕੋਈ ਤੇਰਾ ਦੇਊਂਗੀ ਭਾਈ ਕੁੜੀ ਨੂੰ ਐ ਨੀ ਬੇਬੇ ਦੇਣ ਕਰੀ ਜਾਂਦੇ ਉਹਨੇ ਤੋੜਾ ਕਰਦਾ ਚਾਹੇ ਨਹੀਂ ਤੋੜਾ ਮੇਰੀ ਕੁੜੀ ਮਾੜ ਖਾਣਾ ਵਿਆਹ ਦੀ ਮੁੰਡਿਆ ਦੇਖ ਲਾ ਕੱਲ ਨੂੰ ਸਾਰੀ ਉਮਰ ਦਾ ਲੰਬਾ ਲੈ ਚੰਗੇ ਦਾ ਵਿਆਹ ਦੀ ਫਿਰ ਕਰ ਤੁਰੰਗਾ ਉਹ ਕਰਤੇ ਉਲਟਾ ਹਜੇ ਤੱਕ ਤੱਕ ਚੀਜ਼ਾਂ ਹੋਰ ਫੜਾਈ ਜਾਂਦੀ ਹੈ ਚੰਗਾ ਕੰਮ ਨੀ ਬੇਬੇ ਤੇਰਾ ਹੈ ਸਾਰੀ ਵੀਰਪਾਲ ਕੋਲ ਜਦੋਂ ਹੁਣ ਕੁੜੀ ਤੇ ਦਿੰਦੇ ਤੁਸੀਂ ਔਖੇ ਹੁੰਦੇ ਹੋ ਕੀ ਔਖੇ ਬਣੇ ਜਦੋਂ ਧੀ ਬਣ ਵਿਆਹ ਤੇ ਮਗਰ ਉਹਦੇ ਉਹ ਕਰੀਦਾ ਹੁੰਦਾ ਔਖੇ ਬੇਬੇ ਉਹੀ ਨਹੀਂ ਹੁੰਦੇ ਅਸੀਂ ਜਾਇਜ਼ ਔਖੇ ਹੁੰਨੇ ਆ ਵੀ ਇੰਨਾ ਨਹੀਂ ਨਜਾਇਜ਼ ਨਹੀਂ ਚਾਹੀਦਾ ਹੁੰਦਾ ਇਹੀ ਔਖੇ ਕਰਦੀ ਹੈ ਮੂੰਹ ਪਾਉਂਦੀ ਹੈ ਕੁੜੀ ਨਾਲ ਮੈਂ ਤੈਨੂੰ ਅਸੀਂ ਤਾਂ ਕਦੇ ਆਪ ਹੀ ਨਹੀਂ ਮੂੰਹ ਓੜਿਆ ਸੀ ਕੁੜੀ ਨਾਲ ਅਸੀਂ ਹਰੇਕ ਵਿਆਹ ਤੇ ਹਰ ਤੇ ਪਹੁੰਚਦੇ ਸੀ ਕਿ ਨਹੀਂ ਪਹੁੰਚਦੇ ਸੀ ਗੁੱਸਾ ਤਾਂ ਉਹ ਗੱਲ ਲੈ ਲੈ ਲੱਡੂ ਕਹਿੰਦੇ ਤੂੰ ਤਾਂ ਕਿੱਥੋਂ ਲੈ ਕੇ ਦੇ ਦੁਕਾਨ ਤੋਂ ਲੈ ਕੇ ਅਮਾ ਘਰੇ ਬਣਾਏ ਸੀਗੇ ਮਾੜਾ ਮੋਟਾ ਕੋਈ ਤੇਲ ਚੂਰ ਮਾੜਾ ਹੋਣਾ ਕੋਈ ਬਹਾਨੇ ਭਾਗ ਗਈ ਬੇਬੇ ਤਾਂ ਜਾਣ ਜਾਣਾ ਬਹਾਨੇ ਨਹੀਂ ਭਾਗ ਮੈਂ ਕੰਮ ਛੱਡ ਕੇ ਗਿਆ ਵਿੱਚੋਂ ਕੰਮ ਛੱਡ ਕੇ ਤਾਂ ਫਿਰ ਜਾਵੇ ਨਾ ਦੇਖੀ ਨਾ ਪੁੱਤ ਤੇਰਾ ਹੱਕ ਵੰਡਦਾ ਭਾਣ ਕੋਲ ਜਾਂਦਾ ਹੱਕ ਵੰਡਦਾ ਫਿਰ ਮੈਂ ਗਿਆ ਸੀਗਾ ਤੂੰ ਆਹ ਰੂਤੇ ਦੇ ਨਾਲ ਆਓ ਵੀ ਤੂੰ ਤਾਂ ਲੱਡੂ ਮਾਣੇ ਦਿੱਤੇ ਬਿਸਕੁਟਾਂ ਕਰਤੇ ਗੁਲਾਬ ਜਾਮਣ ਲੈ ਗਈ ਕਿੱਡੀ ਗੱਲ ਹੈ ਅਸੀਂ ਬੇਬੇ ਕਹੇ ਜੀ ਸਾਡੀ ਕਾਤ ਸੀ ਅਸੀਂ ਉਹ ਜਿਹਾ ਲੈ ਕੇ ਪਹੁੰਚਦੇ ਆ ਅਸੀਂ ਜਿਵੇਂ ਜਿੰਨੇ ਕੁ ਜੋਗਰੇ ਹੈਗੇ ਹੈਗੇ ਅਸੀਂ ਮੂੰਹ ਤਾਂ ਨਹੀਂ ਲੁਕਾਉਂਦੇ ਵੀ ਸਾਥ ਤਾਂ ਜਾ ਹੀ ਨਹੀਂ ਆਉਂਦਾ ਸਾਡਾ ਹੱਥ ਨਹੀਂ ਪੈਂਦਾ ਅਸੀਂ ਕਿਸੇ ਲੋਟ ਜਾਈਏ ਜੀ ਵਿਆਹ ਤਿਆਰ ਤੇ ਉਵੇਂ ਜਿਕਰੀ ਜਾਂਦੇ ਹੈਗੇ ਚਲ ਮੈਂ ਸੰਨੀ ਪਾ ਦਾਂ ਤਾਂ ਚਾਹੀ ਹੈਗੀ ਕਰਤੀ ਨਹੀਂ ਤਾਂ ਕਰਨੀ ਜੇ ਬੇਬੇ ਨੇ ਤਾਂ ਨਾ ਦੇਖ ਲਾ ਬੇਬੇ ਨੇ ਤਾਂ ਜਮੀ ਹੱਦ ਕਰਤੀ ਮਾਹਰ ਸੋ ਲੈ ਦੇਖ ਨਾ ਤਾਂ ਕਹਿੰਦਾ ਗੰਡੇ ਪਾਤੇ ਮੈਂ ਤਾਂ ਉਧਰ ਗਈ ਰਹੇਗੀ ਬਾਗਲ ਚ ਤੇ ਐਂ ਵੀ ਨੀ ਹੈਗਾ ਵੀ ਚਲ ਮੈਂ ਠੀਕ ਤਾਂ ਲਾਵਾਂ ਹੁਣ ਕੁਲਵਿੰਦਰ ਨੂੰ ਤੇ ਨਾ ਦੋ ਸੂਟ ਫੜਾਤੇ ਸੂਟ ਕਿਹੜੇ ਫੜਾਤੇ ਹੋਏ ਅੱਛਾ ਮੂੰਹਾਂ ਮਰ ਜਾ ਹੁਣ ਯਾਦ ਆਇਆ ਇੱਕ ਤਾਂ ਉਹ ਮੇਰੇ ਪਿੰਡੋਂ ਆਇਆ ਸੀਗਾ ਉਹਨੂੰ ਉਹ ਫੜਾਤਾ ਇੱਕ ਜਦੋਂ ਆਪ ਨਾਨਕੀ ਗਈ ਹੈਗੀ ਉਹਨਾਂ ਨੇ ਦਿੱਤਾ ਸੀ ਪਿੰਡ ਵਾਲਿਆਂ ਨੇ ਉਹ ਉਦੋਂ ਕਹਿੰਦੀ ਸੀ ਮੈਂ ਤਾਂ ਉਹਦੀ ਸੁਣ ਲਿਆ ਸੀਗਾ ਕਹਿੰਦੀ ਇਹਦਾ ਤਾਂ ਰੰਗ ਗੂੜਾ ਹੈਗਾ
ਬਸ ਫਿਰ ਉਹ ਦੋਨੀ ਉਹੀ ਫੜਾਤੇ ਚੱਕ ਕੇ, ਬੂਹਾ ਐਂ ਹੋ ਗਿਆ ਵੀ ਕਿਤੇ ਕੁਲਵਿੰਦਰ ਨਾ ਸਮੈਲੇ। ਬੇਬੇ ਤਾਂ ਬਾਹਲੀ ਜ਼ਿਆਦਾ ਉਹ ਬਦਲੀ ਪਈ ਹੈ, ਨੇ ਤਾਂ ਸੱਚੀ ਲੈ ਹਰੇਕ ਗੱਲ ਹੀ ਐਂ ਕਹਿੰਦੀ ਹੈ, ਲੈ ਵੀਰਪਾਲ ਵੀਰਪਾਲ ਸਾਨੂੰ ਤਾਂ ਜਮਾ ਉਹੀ ਕਰ ਰੱਖਿਆ ਜਮਾ ਇਹਨੇ ਦੁਸ਼ਮਣ ਬਣਾ ਰੱਖਿਆ। ਚੱਲ ਕਰੋ ਕੁਲਵਿੰਦਰੇ, ਤੂੰ ਤਾਂ ਕੰਮ ਧੰਦੇ ਜੋਗਰੇ ਰਹਿ ਗਈ, ਤੂੰ ਤਾਂ ਕਰੀ ਜਾਓ ਬੇਬੇ, ਤੂੰ ਤਾਂ ਇਹੀ ਮਸਾਂ ਲੋਟ ਆਊਗੀ। ਭਾਈ ਵਿੰਦਰ ਮੈਂ ਕੁੜੀ ਕੋਲ ਜਾਂਦੀ ਹਾਂ, ਮੇਰੀ ਗੱਲ ਸੁਣ ਲੈ, ਹੁਣ ਤੈਨੂੰ ਬਹਿਸ ਮਹਿੰਗੀ ਪਊਗੀ। ਕੀ ਗੱਲ ਬੇਬੇ? ਕੀ ਗੱਲ? ਕੀ ਹੁਣ ਹਿੱਸਾ ਵੀ ਜਾਊਗਾ ਮੇਰਾ? ਬੇਬੇ ਤੂੰ ਰਹਿਣ ਦੇ, ਤੂੰ ਰਹਿਣ ਦੇ, ਕੀ ਹੋ ਗਿਆ? ਟਿਕ ਜਾ ਬੇਬੇ, ਹੱਜੇ ਕਿਉਂ ਵਾਧਾ ਵਧਾਉਣੀ ਹੈ ਗੱਲ ਦਾ? ਲੈ ਕਦੇ ਕਹਿ ਦੇ ਮੈਂ ਕੁੜੀ ਨੂੰ ਗੰਢੇ ਦੇ ਤੇ, ਕਦੇ ਕੱਦੂ ਦੇ ਤੇ, ਮੈਂ ਤਾਂ ਕੁੜੀ ਕੋਲ ਜਾਊਂਗੀ, ਉੱਥੇ ਆਰਾਮ ਕਰੂੰਗੀ ਆਪਦਾ, ਚੰਗਾ ਏਸੀ ਚ ਬੈਠਾ ਕਰੂੰਗੀ, ਕੁੜੀ ਕੋਲ ਜਾਂਦੀ ਹਾਂ ਮੈਂ ਤਾਂ, ਤੁਸੀਂ ਰਹੋ ਇੱਥੇ। ਦੇਖ ਲਾ ਬੇਬੇ ਨੇ ਤਾਂ ਗੱਲ ਹੀ ਨੀ ਸੁਣੀ, ਬਹੁਤ ਵੀ ਟਿਕਈ। ਹੋਰ ਕੀ ਹੋਇਆ ਇਹਦੇ ਦਿਮਾਗ ਨੂੰ? ਦੇਖ ਲੈ ਸਿਆਣੀ ਬਿਆਣੀ ਹੈ, ਕੀ ਵੈਬਦਾ ਕਰਦੀ ਹੈ। ਹੋਰ ਲੈ ਬੇਬੇ ਕਹਿੰਦੇ ਜਮੀ ਹੱਦ ਹੋ ਗਈ, ਜਮੀ ਸਾਰੀਆਂ ਗੱਦੀ ਪਾਰ ਕਰ ਗਈ ਬੇਬੇ ਤਾਂ, ਹਰੇਕ ਗੱਲ ਹੀ ਲੈ ਦੇਖ ਲਾ, ਕਹਿੰਦੀ ਕੁੜੀ ਨੂੰ ਦੇ ਦੋ, ਕੁੜੀ ਨੂੰ ਦੇ ਦੋ, ਆ ਤਾਂ ਅੱਜ ਦਾ ਮੇਰੇ ਨਵੀਂ ਗੱਲ ਕਰਤੀ ਸਾਰੀ ਕਹਾਣੀ। ਯਾਰ ਬੇਬੇ ਹੈ ਜਿਹੜੀ ਸਿਆਣੀ ਬਣੀ ਵੈਬਤਾ ਕਰਦੀ ਹੈ, ਉਹੋ ਜਿਹੀ ਕੁੜੀ ਹੈ। ਕੁੜੀ ਤਾਂ ਉਹੋ ਜਿਹੀ ਹੈਗੀ ਹੈ, ਜਦੋਂ ਕੁੜੀ ਦੇ ਬੈਠੀ ਤੋਂ ਕਿਹਾ ਸੀ ਵੀ ਵਿੰਦਰਾ ਕੁੜੀ ਨੂੰ ਝੋਟੀ ਦੇਣੀ ਹੈ ਆਪਾਂ, ਕੁੜੀ ਕਹਿ ਨੀ ਸਕਦੀ ਸੀ ਵੀ ਬੇਬੇ ਮੈਨੂੰ ਕਸ ਦਾ ਤੋੜਾ ਨੀ ਹੈਗਾ, ਮੈਂ ਆਪ ਲੈ ਸਕਦੀ ਹਾਂ ਜਾਂ ਮੈਂ ਲੈਣੀ ਹੋਈ। ਹੁਣ ਤਾਂ ਕੋਈ ਨੀ ਕਿਹਾ, ਝੋਟੀ ਨੂੰ ਕੋਈ ਜਵਾਬ ਦੇਊਗੀ? ਉਹ ਤਾਂ ਸੰਗ ਨੀ ਮੈਨੂੰ ਗੰਢੇ ਵੀ ਚੱਕ ਲੈ ਗਈ। ਹਾਂ ਲੈ ਦੇਖ ਲਾ ਗੱਲ ਤਾਂ ਸੱਚੀ ਹੈ, ਉਹ ਤਾਂ ਉਹੀ ਗੱਲ ਹੈ, 400 ਦੇ ਗੰਢੇ ਲੈ ਗਈ ਚੱਕ ਕੇ। ਜੇ ਕੱਦੂ ਨੀ ਛੱਡਦੀ, ਕੱਦੂ ਤੇਰੀ ਭੈ ਛੱਡੂ। ਹਾਂ ਮੈਂ ਤਾਂ ਫੇਰ ਵੀ ਡੂਢ ਲੱਖ ਦੀ ਹੈ, ਉਹੀ ਤਾਂ ਗੱਲ ਹੈ, ਸੌਖੀ ਹੋਈ ਗੱਲ ਜਾਣ। ਕਿਹੋ ਜਿਹਾ ਟਾਈਮ ਆਇਆ ਦੇਖ ਲੈ, ਸਾਬਰੀ ਨੇ ਦੇਖ ਲਓ ਰੰਗ ਲੱਗਣੇ ਆਪਦੇ ਘਰੇ, ਮੈਂ ਤਾਂ ਐਂ ਕਹਿੰਦਾ ਵੀ ਜੇ ਕੁਛ ਹੋਵੇ ਨਾ ਤਾਂ ਆਪਾਂ ਕਹਿ ਦਈਏ। ਹਾਂ ਹਜੇ ਤਾਂ ਜਾਂਦੀ ਜਾਂਦੀ ਕਹਿ ਗਈ, ਕਹਿੰਦੀ ਤੁਸੀਂ ਮੈਨੂੰ ਉੱਥੇ ਗਰਮੀ ਮਾਰ ਰੱਖਿਆ, ਮੈਂ ਤਾਂ ਉੱਥੇ ਮੌਜਾਂ ਕਰੂੰਗੀ, ਏਸੀ ਚ ਰਿਹਾ ਕਰੂੰਗੀ। ਲੈ ਦੇਖ ਲਾ ਵੀ ਸਾਡਾ ਕਿਹੜਾ ਜੀ ਨੀ ਕਰਦਾ ਬੇਬੇ ਏਸੀ ਲਵਾਉਣ ਨੂੰ, ਜੇ ਸਾਨੂੰ ਏਸੀ ਲਵਾਉਣ ਜੋਗਰਾ ਛੱਡ ਵੀ ਅਸੀਂ ਏਸੀ ਏਸੀ ਨਾਲ ਲਵਾ ਲੈਂਦੇ, ਸਾਡਾ ਨੀ ਜੀ ਕਰਦਾ ਕੋਠੀਆਂ ਪਾਉਣ ਨੂੰ। ਚੱਲ ਕੋ ਨੀ ਉੱਥੇ ਰਹਿ ਕੇ ਪਤਾ ਲੱਗ ਜੂ, ਭੱਗ ਜਾਂਦੇ ਕੋਈ, ਤੂੰ ਤਾਂ ਸਾਨੂੰ ਜਾਮੇ ਦੇ ਮੈਚ ਕਰਕੇ ਛੱਡਤਾ, ਹੁਣ ਤੈਨੂੰ ਉੱਥੇ ਏਸੀ ਦਿੰਦੇ ਨੇਗੇ, ਅਸੀਂ ਨੀ ਗਰਮੀ ਮਰਦੇ। ਜੇ ਤਾਂ ਆਪ ਏਸੀ ਪੈਂਦੇ ਹੋਈ ਤਾਂ ਕਹਿ ਦਈਏ ਵੀ ਤੁਸੀਂ ਤਾਂ ਏਸੀ ਪੈਂਦੇ ਹੋ, ਆਪਾਂ ਹੀ ਮੱਛਰ ਜੀ ਪੈਂਦੇ ਇੱਥੇ ਲਾ ਕੇ ਪੱਖਾ। ਮੱਛਰ ਚ ਪੈਂਦੇ ਕੀ ਆ, ਪੈਣ ਜੋਗਰੇ ਕੀ ਨੇ ਕਰੇ ਬੇਬੇ ਨੇ, ਰਾਸੇ ਤਾਂ ਜਿਹੋ ਜਿਹਾ ਆਪਣੇ ਆਪ ਦਾ ਕਬੀਲਦਾਰੀ ਸੀ, ਉਹ ਜੀ ਕਹਾਂ ਕੁੜੀ ਨੂੰ ਭਾਲਦੇ, ਕਾਹਨੂੰ ਹੁੰਦੇ, ਅੱਜ ਨੂੰ ਤਾਂ ਉਹਦੇ ਥਾਂ ਸਿਰ ਹੁੰਦੇ, ਬੜਾ ਖਰਚਾ ਕਰਾਦਾ ਬੇਬੇ ਨਾਲ। ਹਾਂ ਆਪਾਂ ਤਾਂ ਇਸ ਹਿਸਾਬ 10-5-7 ਸਾਲ ਦੀ ਕੁੜੀ ਨੂੰ ਵੈਸੇ ਨੂੰ ਹੋ ਗਏ, ਘੱਟੋ ਘੱਟ 5-7 ਸਾਲ ਆਪਾਂ ਫੇਰ ਨੀ ਉੱਠ ਸਕਦੇ ਹਜੇ, ਹੋਰ ਆਪਣੀ ਤਾਂ ਸਾਰੀ ਜ਼ਿੰਦਗੀ ਐਂ ਨਿਕਲ ਜੂਗੀ, ਕੱਲੀ ਕੁੜੀ ਚਾਹੀਦੀ ਹੈ ਬੇਬੇ ਨੂੰ ਤਾਂ। ਲਾ ਆਉਂਦੀ ਬੇਬੇ, ਉਹੀ ਗੱਲ, ਕੱਲ ਤਾਂ ਮੈਂ ਜਾ ਕੇ ਆਈ ਆ, ਖੈਰ ਸੁੱਖ ਹੋਵੇ ਤਾਂ ਵੀ ਚੰਗੀ ਗੱਲ ਹੈ। ਠੀਕ ਹੈ ਫਿਰ, ਸਾਰਾ ਬੇਬੇ ਸਤਿ ਸ੍ਰੀ ਅਕਾਲ ਪੁੱਤਾ, ਠੀਕ ਹੈ? ਹਾਂ ਠੀਕ ਹੈ ਬੇਬੇ, ਹੋਰ ਆਪਣੇ ਠੀਕ ਸੀ ਬੇਬੇ? ਹਾਂ ਠੀਕ ਠੀਕੇ, ਕੀ ਗੱਲ ਹੋ ਗਈ ਬੇਬੇ? ਗੱਲ ਕੀ ਹੋਣੀ ਸੀ, ਉਹੀ ਮੈਂ ਪਿੱਛੇ ਕੇਸ ਪਾ ਲਿਆ ਦੋਨਾਂ ਜੀਆਂ ਨੇ, ਉਹੀ ਗੱਲ ਤਾਂ ਹੋ ਗਈ ਬੇਬੇ, ਤੈਨੂੰ ਉਦੀ ਕਿਹਾ ਸੀ, ਮੈਂ ਨਹੀਂ ਮੈਨੂੰ ਮੈਸ ਦਿੰਦੇ ਉਹ, ਮੈਂ ਦਿੰਦੇ ਕਿਵੇਂ ਨੀ, ਮੈਂ ਕਹਿ ਕੇ ਆਈ ਆ ਵੀ ਨਾਲ ਮੈਸ ਜਾਊਗੀ ਨਾਲ ਮੇਰਾ ਹਿੱਸਾ ਜਾਊਗਾ, ਮੈਂ ਤਾਂ ਕੁੜੀ ਕੋਲ ਜਾਂਦੀ ਆ। ਇੱਥੇ ਬਹਿ ਜਾ ਬੇਬੇ, ਲੋੜ ਨੀ ਤੈਨੂੰ ਜਾਣ ਦੀ, ਇੱਥੇ ਬੈਠੂਗੀ ਹੋਰ, ਆਪੇ ਮੈਂ ਚਾਹ ਪਾਣੀ ਆਪੇ ਸਭ ਕੁਛ ਤੈਨੂੰ ਦਿਆ ਕਰੂੰ, ਟੀਟੇ ਜੋਰ ਹੁੰਦਾ ਹੋ ਜਾਏ ਮਾਂ, ਫਿਰ ਵੀ ਤੂੰ ਮੇਰੀ ਮਾਂ ਗੀ, ਤਾਂ ਹੀ ਲਗਾ ਤਾਂ ਹੀ ਤੇਰੇ ਕੋਲ ਆਈ ਆ ਟੀ। ਹਾਂ ਮੈਂ ਤੈਨੂੰ ਬੇਬੇ ਉਦੀ ਕਹਤਾ ਸੀ ਵੀ ਨਹੀਂ ਦਿੰਦੇ ਮੱਝ, ਵੀ ਤੂੰ ਨਾ ਕਲੇਸ਼ ਪਾ। ਹਾਂ ਕਿਵੇਂ ਦਿੰਦੇ? ਉਹੀ ਭਾਈ ਤੇ ਭਰਜਾਈ ਤੇ ਭਾਈ ਰਹਿ ਗਏ ਮੇਰੇ ਤਾਂ, ਫਿਰ ਮੈਂ ਤਾਂ ਆ ਗਈ, ਮੈਂ ਤਾਂ ਕਹਿਤਾ ਵੀ ਮੈਂ ਤਾਂ ਆ ਜਾਂਦੀ ਆ ਟੀ ਕੋਲੇ। ਚੱਲ ਬੇਬੇ ਬੈਠੀ ਰਹਿ ਮੇਰੇ ਕੋਲੇ, ਬੈਠੀ ਬੈਠੂ। ਮੈਨੂੰ ਤਾਂ ਕੁਲਵਿੰਦਰ ਦਿੰਦੀ ਹੁੰਦੀ ਸੀ ਪੁੱਤ ਦਵਾਈ, ਬੇਬੇ ਤੂੰ ਆਪਦੀ ਗੌਰ ਨਾਲ ਲੈਣੀ,
ਹੋ ਬੇਬੇ ਕੱਦੂ ਕਿਵੇਂ ਚੀਰਤੇ ਬੇਬੇ ਤੂੰ ਤਾਂ ਬੇਬੇ ਇਹੋ ਜਿਹੀ ਸਬਜ਼ੀ ਕਿਉਂ ਖਾਂਦੇ ਅਸੀਂ ਪਹਾੜਾਂ ਵੱਡੀਆਂ ਕਰਤੀਆਂ ਬੇਬੇ ਭਾਈ ਮੈਨੂੰ ਚੱਕ ਦੇ ਗੁਰਵਿੰਦਰ ਨੇ ਟੋਕਿਆ ਨਹੀਂ ਸੀ ਮੈਂ ਤਾਂ ਹੋਰ ਲੈ ਮੇਰੀ ਸੱਸ ਦਾ ਸੁਭਾਅ ਵੀ ਨਹੀਂ ਹੈਗਾ ਚੱਜ ਦਾ ਉਹ ਐਂ ਕਹਿ ਦੂਗਾ ਜਿਹੀਆਂ ਪਹਾੜਾਂ ਕਰਨੀਆਂ ਤੈਨੂੰ ਬਹੁਤਾਂ ਵਾਰੀਆਂ ਕਰਦੀ ਹੈ ਸੱਸ ਦਾ ਬੇਬੇ ਨੇ ਤਾਂ ਗੜਬੜ ਸਬਜ਼ੀ ਕੱਪੜੇ ਤਾਂ ਧੋਤੇ ਪਏ ਨਾ ਭੈਣ ਜੀ ਆ ਰਹੇ ਨਾ ਹਾਂ ਭੈਣ ਆਉਂਦੀ ਹੈ ਹਾਂ ਹੋਰ ਭੈਣ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਹੋ ਠੀਕ ਬਿੰਦਰ ਕੁਲਵਿੰਦਰ ਹੋਰ ਸਾਰੇ ਹਾਂ ਸਾਰੇ ਠੀਕ ਨੇ ਅੰਦਰ ਬਹਿ ਜਾਂਦੇ ਇੱਥੇ ਗਰਮੀ ਆ ਹਾਂ ਗਰਮੀ ਹੈ ਭੈਣ ਚਲੋ ਹੋਰ ਅੰਦਰ ਆ ਜਾਓ ਹੋਰ ਹੋਰ ਮੈਂ ਤਾਂ ਗਰਮੀ ਵਾਲੀ ਇੱਕ ਤਾਂ ਧੁੱਪ ਉਹਦੀ ਬਸ ਗਰਮਾਇਸ਼ ਹੋ ਜਾਂਦੀ ਹੈ ਉੱਥੇ ਚਿਰ ਲੱਗ ਗਿਆ ਮੈਨੂੰ ਰੋਟੀ ਖਾ ਕੇ ਗਈ ਸੀਗੀ ਉਹਨੇ ਚਾਹ ਕਰ ਲਈ ਗੱਲੀ ਬਾਤੀ ਹੋਰ ਪੁੱਤ ਵੇਖੀ ਨਾ ਗੱਲੀ ਬਾਤੀ ਚਾਹ ਕਰ ਲਈ ਉਹਨੇ ਫਿਰ ਤੈਨੂੰ ਪਤਾ ਹੀ ਆ ਬੁੜੀਆਂ ਦੀਆਂ ਗੱਲਾਂ ਦਾ ਕਿੰਨਾ ਟਾਈਮ ਲਾਇਆ ਮੈਨੂੰ ਉੱਥੇ ਜਾ ਕੇ ਹੋਰ ਆਈ ਸੀ ਪੁੱਤ ਆਈ ਲੱਗ ਗਿਆ ਟਾਈਮ ਪਾਣੀ ਮੈਂ ਪਾਣੀ ਹੋਣੇ ਗਰਮੀ ਵਾਲੀ ਆ ਹਾਂ ਲੈ ਪੁੱਤ ਪਾਣੀ ਲੈ ਜੋ ਗੱਲੀ ਪਈ ਹੈ ਨਾ ਬੁੜੀਆਂ ਹਾਂ ਫਿਰ ਆਪਾਂ ਨੂੰ ਟਾਈਮ ਲੱਗ ਜਾਂਦਾ ਟਾਈਮ ਲੱਗ ਜਾਂਦਾ ਹਾਂ ਹੋਰ ਸਾਰੇ ਵੇਖੀ ਨਾ ਬਿੰਦਰ ਕੁਲਵਿੰਦਰ ਸਾਰੇ ਠੀਕ ਹੈ ਹਾਂ ਠੀਕ ਨੇ ਭੈਣ ਜੀ ਹਾਂ ਚੱਲ ਠੀਕ ਹੈ ਪਾਣੀ ਪੀ ਲਓ ਪੀ ਲਓ ਬਾਹਲੀ ਗਰਮੀ ਫੇਰ ਵੇਖੀ ਨਾ ਕਹਿ ਕੇ ਗਈ ਸੀਗੇ ਵੀ ਵੇਖੀ ਨਾ ਤੋੜਦੀ ਭਾਈ ਇਹ ਵੀ ਗਈ ਸੀਗੀ ਮੈਂ ਤਾਂ ਭਾਈ ਤੋੜ ਦਿੰਨੀ ਆ ਆਖ ਦਿੰਨੀ ਆ ਵਗ ਜਾਓ ਭਾਈ ਹੋਰ ਚੱਲ ਉਹ ਵੀ ਸਿਆਣੇ ਨੇ ਗੇ ਵੇਖੀ ਨਾ ਬਿੰਦਰ ਨੇ ਕੁਲਵਿੰਦਰ ਤੈਨੂੰ ਵਧੀਆ ਹਾਂ ਵਧੀਆ ਨੇ ਚੱਲ ਭੈਣੇ ਮੈਂ ਨਾ ਪਸ਼ੂ ਦੇਖਿਆ ਵਾ ਹਾਂ ਦੇਖਿਆ ਭੈਣ ਹੋਰ ਭੈਸਾਂ ਦੇਖਿਆ ਵਾ ਵੇਖੀ ਨਾ ਧੁੱਪ ਧੱਪ ਵੀ ਨਾ ਹੋਵੇ ਕਿਤੇ ਹੋਰ ਲੈ ਵੀਰਪਾਲ ਹਾਂ ਬੇਬੇ ਅੰਦਰ ਰਹਿ ਜਾਂਦੇ ਘੰਟਾ ਆਰਾਮ ਕਰ ਲੈਂਦੇ ਏਸੀ ਲਾਉਣ ਦੀ ਬੇਬੇ ਬਿੱਲ ਵਾਲਾ ਆ ਜਾਂਦਾ ਗਾ ਹਾਂ 7-8 ਹਜ਼ਾਰ ਆ ਜਾਂਦਾ ਬੇਬੇ ਬਿੱਲ ਅੱਛਾ ਤੇ ਨਾਲੇ ਬੇਬੇ ਮੇਰੀ ਸੱਸ ਦਾ ਸੁਭਾਅ ਨਹੀਂ ਹੈਗਾ ਗਾ ਅੱਛਾ ਹਾਂ ਉਹ ਵੀ ਏਸੀ ਸੈੱਟ ਲਾਣੇ ਹੋਗੇ ਮੈਂ ਤਾਂ ਐ ਸੀਗਾ ਮੈਂ ਤਾਂ ਉਰੇ ਆ ਗਈ ਸੀ ਮੈਂ ਏਸੀ ਕੋ ਚਲੋ ਆਰਾਮ ਕਰ ਲੈ ਤੈਨੂੰ ਘੰਟਾ ਪਾ ਕੇ ਸਾਡੇ ਨੇ ਬੇਬੇ ਏਸੀ ਦਾ 10 ਕੁ ਮਿੰਟ ਸਾਰਨੇ ਏਸੀ ਅੱਛਾ ਹਾਂ ਇੱਥੇ ਹੀ ਪੈ ਜਾ ਬੇਬੇ ਚਲ ਫੇਰ ਉਰੀ ਪੈ ਜਾਣੇ ਵੀਰ ਪਾ ਚੰਗਾ ਬੇਬੇ ਮੈਂ ਕੰਮ ਦੇਖ ਲਾਂ ਹਾਂ ਕੰਮ ਦੇਖ ਲੈ ਇੱਥੇ ਹੀ ਪੈ ਜਾ ਬੇਬੇ ਇੱਥੇ ਪਾਉਂਗੀ ਬਈ ਲੈ ਲੈ ਮੈਂ ਤਾਂ ਠੀਕ ਹੋਏ ਆਈ ਸੀ ਵੀ ਦੇਖੀ ਨਾ ਮੈਂ ਤਾਂ ਉੱਥੇ ਏਸੀ ਚ ਪਿਆ ਕਰੂੰਗੀ ਤੀ ਤਾਂ ਬਦਲੀ ਬਦਲੀ ਜਿਹੀ ਲੱਗਦੀ ਆ ਮੈਨੂੰ ਤਾਂ ਫੜ ਦੇਣੇ ਜਵਾਬ ਦੇਤਾ ਕਹਿੰਦੀ ਬੇਬੇ ਬਿਲਵਾਲਾ ਆਉਂਦਾ ਮਨ ਮੋਰੀ ਇੰਨੀ ਹੋ ਗਈ ਮੈਂ ਤਾਂ ਵੀਰਪਾਲ ਦਾ ਇੰਨਾ ਪਿਆਰ ਕਰਦੀ ਸੀ ਇਹ ਵੀ ਇੰਨਾ ਕਰਦੀ ਸੀ ਮੇਰਾ ਹੁਣ ਇਹਨੂੰ ਕੀ ਹੋ ਗਿਆ ਕਾਹਤੋਂ ਬਦਲ ਗਈ ਮੈਂ ਤਾਂ ਦੇਖੀ ਨਾ ਦੇਸ਼ਾਂ ਦਾ ਕੁਛ ਦਿੰਦੀ ਸੀ ਵੀਰਪਾਲ ਤਾਂ ਹੁਣ ਭਾਈ ਬਹੁਤ ਬਦਲ ਗਈ ਵੀਰਪਾਲ ਚਾਹ ਨੀ ਕਰੀ ਪੁੱਤ ਨਾ ਬੇਬੇ ਹਜੇ ਨੀ ਕਰੀ ਹਰੇ ਤਾਂ ਮੇਰੇ ਸਾਰੇ ਕੰਮ ਪਏ ਬੇਬੇ ਅੱਛਾ ਹਜੇ ਤਾਂ ਬੇਬੇ ਬਹੁਤ ਟਾਈਮ ਪਿਆ ਚਾਹ ਦਾ ਤਾਂ ਕੁਲਵਿੰਦਰ ਤਾਂ ਮੈਨੂੰ ਨਾ 9 ਵਜੇ ਦੇ ਨਾਲ ਚਾਹ ਕਰਕੇ ਦੇ ਦਿੰਦੀ ਸੀ
ਬੇਬੇ ਤੂੰ ਤਾਂ ਬਾਹਲੀ ਅੱਛੀ ਵੀ ਕਰਦੀ ਆ, ਸਾਰੇ ਕੰਮ ਪਿਆ ਬੇਬੇ, ਕਦੋਂ ਅਸੀਂ ਪੀਵਾਂਗੇ ਬੇਬੇ, ਤੈਨੂੰ ਉਦੋਂ ਚਾਹ ਦੇ ਦਾਂਗੇ। ਵੀਰਪਾਲ ਇੱਕ ਰੋਟੀ ਤੜਕੇ ਠੰਡੀ ਜੀ ਸੀ, ਬੇਬਤੀ ਜੀ ਦੇਖੀ ਨਾ, ਕੁਲਵਿੰਦਰ ਤਾਂ ਨਾ ਮੈਨੂੰ ਕੱਲੀ ਕੱਲੀ ਰੋਟੀ ਦਿੰਦੀ ਸੀ, ਤੱਤੀ ਤੱਤੀ ਰੋਟੀ ਖਾਂਦੀ ਸੀ, ਉਹ ਰੋਟੀ ਮੇਰੇ ਹਾਜ਼ਮੇ ਨੀ ਆਈ। ਮੈਂ ਤਾਂ ਤਾਂ ਕਹਿਤਾ ਤੈਨੂੰ ਚਾਹ ਨੂੰ। ਨਾ ਮੰਮੀ ਗਈ ਨੀ, ਮੈਂ ਤਾਂ ਇੱਧਰ ਹੀ ਝਾੜੂ ਲਾਈ ਆਨੀ ਹਜੇ। ਆ ਜਾ ਭੈਣੇ, ਉਰੇ ਬਹਿ ਜਾ, ਗੱਲਾਂ ਕਰ ਲਾਂਗੇ। ਆਉਣੀ ਆ ਤੇ ਧੀ ਦੇਖ ਲਾ ਕਰੀ ਜਾਂਦੀ ਹੈ ਤੇ ਪਸ਼ੂ ਨਹੀਂ ਦੇ। ਲੈ ਬੇਬੇ ਤਾਂ ਤੱਤੀਆਂ ਰੋਟੀਆਂ ਭਾਲਦੀ ਏ, 9 ਵਜੇ ਨਾ ਚਾਹ ਮੰਗਦੀ ਏ, ਐ ਨੀ ਹੈਗਾ ਵੀ ਇਹ ਕੰਮ ਕਰਦੀ ਏ, ਫਿਰ ਨੂੰਹ ਪੁੱਤ ਦੀ ਖਾਲਾਂ ਦੀ ਇੱਥੇ ਹੀ ਕਰਨਾ ਈ ਏ। ਦੇ ਦੋ ਤੱਤੀਆਂ ਰੋਟੀਆਂ, ਕਿਤੇ ਕਹੂਗੀ ਚਾਹ ਦੇ ਦੋ, ਹੁਣ ਆਪਦਾ ਕੰਮ ਕਰਕੇ ਅਸੀਂ ਚਾਹ ਦੇਵਾਂਗੇ। ਉਧਰ ਫਿਰ ਮੇਰੀ ਮੰਮੀ ਸੱਸ ਲੈ ਪਸ਼ੂਆਂ ਕਰਨੀ ਰਹਿੰਦੀ ਏ ਸਾਰਾ ਦਿਨ, ਮੇਰਾ ਸਾਰਾ ਦਿਨ ਇੱਧਰ ਨੀ ਨਿਬੜਦਾ ਘਰ ਦਾ, ਕਿਤੇ ਪੋਚੇ ਲਾ ਲਾ, ਕਿਤੇ ਝਾੜੂ ਲਾ ਲਾ, ਕਿਤੇ ਕੱਪੜੇ ਧੋ ਲਾ, ਸਾਰਾ ਦਿਨ ਨੀ ਨਿਬੜਦਾ ਮੇਰਾ ਤਾਂ। ਕਿਤੇ ਚਾਹ ਮੰਗ ਲੂ, ਕਿਤੇ ਏਸੀ ਥੱਲੇ ਕਹੂ ਮੈਨੂੰ ਪਾ ਦੋ, ਕਿਤੇ ਕਿਤੇ ਕੁਛ ਕੁਛ ਕਦੇ ਕੁਛ, ਇਹਦੇ ਹਿਸਾਬ ਚ ਨੀ ਆਉਂਦਾ ਕੰਮ ਮੇਰੇ ਤਾਂ। ਹਾਲੇ ਨੂੰਹ ਪੁੱਤੀ ਚੰਗੇ ਹੁੰਦੇ ਆ, ਇੱਥੇ ਵਗ ਜਾਂਦੀ। ਦੇਖ ਲਾ ਕੱਟੀ ਦੀ ਐਡੀ ਜੀਭ ਨਿਕਲ ਆਈ ਸੀਗੀ, ਪਤਾ ਨੀ ਕੀ ਕਰਦੀ ਰਹਿੰਦੀ ਹੈ ਵੀਰਪਾਲ, ਵੇਖੀ ਨਾ ਲਾ, ਐਂ ਤਾਂ ਦੇਖਣਾ ਚਾਹੀਦਾ ਮੈਡਮ। ਆ ਜਾ ਭੈਣ, ਬਹਿ ਜਾ, ਗੱਲਾਂ ਕਰ ਲਾਂਗੇ। ਬਹਿ ਜਾਨੀ ਆ ਭੈਣੇ, ਵੇਖੀ ਨਾ ਉਧਰ ਦੇਖ ਕੇ ਆਈ ਆ ਪਸ਼ੂ, ਐਡੀ ਜੀਭ ਨਿਕਲ ਰਹੀ ਆ ਕੱਟੀ ਦੀ। ਧੁੱਪੇ ਖੜਾ ਸੀ, ਧੁੱਪੇ ਖੜਾ ਸੀ, ਤਿੰਨ ਫੁੱਟ ਪਾਣੀ ਨੀ ਆਇਆ ਨੀ ਭੈਣੇ। ਕੁਲਵਿੰਦਰ ਦਾ ਆ ਜਾ, ਬਿੰਦਰ ਦਾ ਨਾ ਕਿਉਂ ਲੈ, ਕਹਿੰਦੀ ਨਾ ਫੋਨ ਕਿੱਥੋਂ ਆ ਗਈ, ਤੈਨੂੰ ਕੀ ਪਤਾ ਵੀ ਵੇਖੀ ਨਾ ਕੀ ਬਣੀ ਆ। ਮੈਂ ਤਾਂ ਧੀ ਦੀ ਬਣ ਕੇ ਬਹਿ ਗਈ, ਮੈਨੂੰ ਤਾਂ ਐਂ ਸੀ ਵੀ ਮੇਰੇ ਤਾਂ ਵੀਰ ਪਾ ਲਈਆ ਜਿਹੜਾ ਕੁਛ ਹੈਗਾ, ਆਏ ਕੀ ਪਤਾ ਸੀ ਮੈਨੂੰ ਵਿਆਹ ਵੀ ਦੇਖਣੇ ਪੈਣਗੇ, ਮੇਰੇ ਚ ਗਲਤੀਆਂ ਨੇ, ਮੈਂ ਤਾਂ ਸੋਚਿਆ ਹੀ ਨੀ ਉਹਨਾਂ ਕਰਨੀ, ਤਾਂ ਮੈਂ ਤਾਂ ਧੀ ਦੀ ਬਣੀ ਰਹੀ, ਧੀ ਤਾਂ ਬੇਗੁਣੀ ਹੋ ਗਈ, ਬਹੁਤ ਗਲਤੀਆਂ ਕਰ ਲਈਆਂ ਮੈਂ ਤਾਂ। ਮੈਂ ਤਾਂ ਦੇਖੀ ਨਾ ਗਵਾਂਢਣ ਦੀਆਂ ਗੱਲਾਂ ਚ ਆ ਗਈ ਗਾਗਨ ਦੀਆਂ ਚ, ਉਹਨੇ ਤਾਂ ਮੈਨੂੰ ਆਈਆਂ ਜਿਹੀਆਂ ਬੱਤੀਆਂ ਪੜਾਈਆਂ, ਮੇਰਾ ਦਿਮਾਗ ਹੀ ਘੁੰਮ ਗਿਆ, ਨਾ ਮੈਂ ਨੂੰਹ ਪੁੱਤ ਨਾਲ ਫਰਕ ਪਾਇਆ। ਮੈਨੂੰ ਕਹਿੰਦੇ ਤੂੰ ਕਮੀਲਦਾਰੀ ਆਪਦੇ ਹੱਥ ਚ ਫੜ ਲੈ ਤਾਈ, ਕਿਉਂ ਤੂੰ ਨੂੰਹ ਪੁੱਤ ਨੂੰ ਉਹ ਕਰਿਆ, ਤੇ ਧੀ ਕੋਲੇ ਆ ਗਈ, ਮੈਂ ਨਾ ਇਹਨੂੰ ਮੁੜ ਕੇ, ਮੈਂ ਤਾਂ ਬਾਹਲੀਆਂ ਵੱਡੀਆਂ ਗਲਤੀਆਂ ਕਰ ਲਈਆਂ, ਮੈਂ ਨਾ ਮੁੜ ਕੇ ਘਰੋਂ ਪੈਰ ਚੱਕਾਂ, ਨੂੰਹ ਪੁੱਤੀ ਕੰਮ ਆਉਣਗੇ, ਨੂੰਹ ਪੁੱਤ ਕੋਲ ਹੀ ਜਾਂਦੀ ਹਾਂ ਮੈਂ ਤਾਂ। ਵੀਰਪਾਲ, ਵੀਰਪਾਲ ਮੇਰਾ ਹੋਰ ਝੋਲਾ ਲਿਆ ਤੇ ਪੁੱਤ, ਮੈਂ ਤਾਂ ਆਪਦੇ ਨੂੰ ਪੁੱਤ ਕੋਲ ਹੀ ਜਾਂਦੀ ਹਾਂ, ਮੇਰੇ ਤਾਂ ਉਹੀ ਕੰਮ ਆਉਣਗੇ। ਹੋਰ ਬੇਬੇ, ਆਪਦਾ ਘਰ ਹੀ ਕੰਮ ਆਉਂਦਾ ਹੈਗਾ, ਲਿਆ ਦੇ ਮੇਰਾ ਥੈਲਾ ਚੱਕ ਕੇ, ਲਿਆ ਦੇਣੀ ਹੈ ਬੇਬੇ। ਕੇਰਾ ਵੀ ਨੀ ਕਿਹਾ ਧੀ ਨੇ ਤਾਂ ਵੀ ਬੇਬੇ ਰਹਿ ਜਾ, ਇਹ ਤਾਂ ਮੈਨੂੰ ਘਰੋਂ ਕੱਢ ਕੇ ਰਾਜੀ ਹੈ, ਉਹ ਤਾਂ ਮਾਈ ਕਾਂਵਲੀ ਸੀ ਜਿਹੜੀ ਨੂੰਹ ਪੁੱਤ ਨਾਲ ਦੇਖੀ ਨਾ ਲੜੀ ਗਈ ਸੀ ਪਿੱਛੇ। ਲਿਆ ਵੀਰਪਾਲ ਥੈਲਾ, ਲੈ ਬੇਬੇ ਜਾਨੀ ਆ ਮੈਂ ਤਾਂ ਆਪਦੇ ਘਰੇ। ਹੋਰ ਬੇਬੇ, ਆਪਦਾ ਘਰ ਹੀ ਕੰਮ ਆਉਂਦਾ ਹੈਗਾ, ਨਾ ਤਾਂ ਤੂੰ ਮੇਰੀ ਭਾਈ ਤੇ ਭਰਜਾਈ ਨਾਲ ਫਰਕ ਪਾਇਆ, ਮੈਂ ਤਾਂ ਲੋੜ ਨੀ ਬੇਬੇ ਤੇਰੀਆਂ ਇਹੋ ਜਿਹੀਆਂ ਮੱਝਾਂ ਦੀ। ਅੱਛਾ ਹਾਂ, ਉਦੋਂ ਤਾਂ ਕਿਹਾ ਨਾ ਜਦੋਂ ਮੱਝ ਦਿੱਤੀ ਸੀ ਵੀ ਮੈਨੂੰ ਲੋੜ ਨੀ, ਵੀ ਮੈਂ ਤਾਂ ਆਪਦੇ ਭਾਈ ਦੀ ਲੋੜ ਹੈ, ਨਾ ਮੈਂ ਤਾਂ ਭਰਜਾਈ ਤੇ ਭਾਈ ਬਿਨਾ ਨੀ ਬੇਬੇ ਸਰਦਾ, ਮੈਂ ਤਾਂ ਤੂੰ ਤਾਂ ਬੇਬੇ ਮੈਨੂੰ ਤਾਂ ਲਾਸਟ ਹੀ ਦੇ ਕੇ ਅੰਨਾ ਦੱਸਤਾ, ਨਾ ਮੈਂ ਤਾਂ ਆਪਦੇ ਪੁੱਤ ਨੂੰ ਕੋਈ ਜਾਉਂਗੀ ਇਹ ਗੱਲਾਂ ਚਾ ਗਈ ਬੇਬੇ, ਮੈਂ ਤਾਂ ਜਮਾ ਨਹੀਂ ਤਾਂ ਮੈਂ ਉਹਨਾਂ ਨੂੰ ਲੜ ਕੇ ਆਈ, ਹੁਣ ਜਾ ਕੇ ਤਾਂ ਵੜੂੰਗੀ ਘਰੇ ਸਾਰੀ ਉਮਰ ਬੇਬੇ, ਮੈਂ ਤਾਂ ਭਾਈ ਦੀ ਭਰਜਾਈ ਨਹੀਂ ਵਰਤਣਾ ਸਾਰੀ ਉਮਰ ਬੇਬੇ, ਮੈਂ ਤਾਂ ਤੂੰ ਕਿੰਨਾ ਕਿਤੇ ਰਹਿ ਤਾਂ ਮੈਨੂੰ ਦੇਤੀ ਰੋਟੀ, ਮੈਂ ਤਾਂ ਨੂੰਹ ਪੁੱਤੀ ਕੰਮ ਆਉਣਗੇ ਜਾਨੀ ਆਂਗੀ, ਹੁਣ ਜਾ ਕੇ ਪਤਾ ਨਹੀਂ ਕੀ ਬੋਲਣਗੇ, ਚੱਲ ਬੋਲੂੰਗੀ ਨਾ ਨੀ ਵੀ ਪਾ ਲੂੰ ਭਾਈ, ਵਿੱਚ ਗਲਤੀਆਂ ਹੋ ਗਈਆਂ। ਜਿੱਦਾਂ ਦੀ ਬੇਬੇ ਗਈ ਹੈ ਨਾ, ਮਨ ਜਾ ਬਸ ਦਸ ਜਾਂਦਾ, ਕਦੇ ਮਨ ਉਧਰ ਜਾਂਦਾ ਕਦੇ ਉਧਰ ਜਾਂਦਾ, ਕੀ ਕਰੀਏ। ਆ ਲੈ ਚਾਹ ਪੀ ਲਓ। ਚਾਹ ਬਣਾ ਲੈਂਦੀ ਹੋਰ ਆਏ ਜੇ ਕਿਉਂ ਕਰੀ ਜਾਂਦੇ ਤੁਸੀਂ? ਬਸ ਹੁਣ ਟੈਨਸ਼ਨ ਹੀ ਹੋਈ ਪਈ ਹੈ, ਟੈਨਸ਼ਨ ਕਰੀ ਹੋਈ ਪਈ ਹੈ। ਬੇਬੇ ਨੂੰ ਕਿੰਨੇ ਦਿਨ ਹੋ ਗਏ ਗਈ ਨਾ, ਆਪਾਂ ਕੋਈ ਗੱਲਬਾਤ ਕਰਕੇ ਫੋਨ ਫਾਨ ਕਰਕੇ ਦੇਖ ਲੈਂਦੇ।
ਕਾਹਦੇ ਵਾਸਤੇ ਕਰਨਾ ਫੋਨ? ਲੈ ਹੁਣ ਐ ਦੱਸੋ, ਪਹਿਲਾਂ ਥੋੜੀ ਕਰਕੇ ਗਈ ਆ ਬੇਬੇ ਤੁਹਾਡੇ ਨਾਲ? ਆ ਲਿਆ ਕੇ ਕੀ ਕਰਾਉਣਾ, ਆ ਕੇ ਕੁਛ ਹੋਰ ਚੁਕਾਉਣਾ? ਹੁਣ ਉਹਨੂੰ ਆਜੂਗੀ, ਉਹ ਤਾਂ ਲੈ ਜੂ ਚੱਕ ਕੇ ਥੋਸ ਸਭ ਕੁਛ ਕਰਦੀ ਆ ਖਰਾਈ ਆ ਬੇਬੇ, ਕਰਦੀ ਕੀ ਹੁਣ ਪਤਾ ਹੀ ਹੈ, ਉਦੋਂ ਹੀ ਲੱਗੀ ਆ ਧੋਣ, ਹੁਣ ਉਦੋਂ ਹੀ ਆਊਗੀ ਜਦੋਂ ਕੁਛ ਲਜਾਣਾ ਹੋਇਆ। ਪਤਾ ਨੀ ਕੀ ਦਿਮਾਗ ਚ ਜਿਹੜਾ ਕੁਛ, ਆ ਵੀ ਕੁੜੀ ਦੇ ਦੇ, ਆ ਵੀ ਦੇ ਦੇ। ਸੱਚੀ ਗੱਲ ਹੈ, ਮੇਰੇ ਤਾਂ ਹੁਣ ਲੱਗਦੇ ਹੀ ਨੀ ਵੀ ਬੇਬੇ ਨੂੰ ਇੱਥੇ ਬੰਨ ਦੇਈਏ, ਇੰਨਾ ਜੀ ਅੱਕਿਆ ਪਏਗਾ। ਦੇਖ ਲੈ ਮੈਂ ਤੁਹਾਡੇ ਸਾਹਮਣੇ ਉਹਦੀ ਸੇਵਾ ਚ ਕਸਰ ਛੱਡੀ ਕਦੇ ਕੋਈ? ਤੱਤੀ ਰੋਟੀ ਕਰਦੀ ਹੈ ਮਨ ਕੋਣ ਵਾਲੀਆਂ, ਹਾਂ ਤਾਜ਼ੀ ਰੋਟੀ ਦਿੰਦੀ ਉਹਨੂੰ, ਜਦੋਂ ਚਾਹ ਨੂੰ ਕਹਿੰਦੀ ਜਰਕਦੇ ਨੇ ਚਾਹ ਕਰਕੇ ਦਿੰਦੀ, ਕਦੇ ਉਹਨੂੰ ਤੱਤਾ ਕਦੇ ਠੰਡਾ, ਜਿਹੜਾ ਵੀ ਜੀ ਕਰਦਾ ਉਹੀ ਕਰਕੇ ਦਿੰਦੀ ਸੀ। ਉਹ ਤਾਂ ਮੈਨੂੰ ਪਤਾ ਕੁਲਵਿੰਦਰ ਸੇਵਾ ਤਾਂ ਬਥੇਰੀ ਕਰੀ ਹੈ, ਹਾਂ ਤਾਜ਼ੀ ਰੋਟੀ ਲਾ ਕੇ ਦਿੰਦੀ। ਤਾਂ ਹੀ ਤਾਂ ਕਹਿੰਦੀ ਉਹੀ ਗੱਲ, ਮੈਂ ਤਾਂ ਬਗਾਨੀ ਦੇ ਕੇ ਨਾ, ਮੇਰੀ ਤਾਂ ਕਦਰ ਹੀ ਨਹੀਂ ਕਰੀ ਬੇਬੇ ਨੇ ਵੀ ਮੇਰੀ ਇੰਨੀ ਸੇਵਾ ਕਰਦੀ ਇਹਨੂੰ। ਨਤੀਜਾ ਦੇਖ ਲੈ ਕੀ ਦਿੱਤਾ ਬੇਬੇ, ਤਾਂ ਉਹ ਆ ਗਈ ਹੈ। ਹਾਂ ਲੈ ਬੇ ਆ ਗਈ, ਲੈ ਕਿਵੇਂ ਬਣੂ ਹੁਣ ਪੁੱਤ ਦੇ ਘਰੇ ਦੱਸ, ਗਏ ਤਾਂ ਮੈਂ ਕਿਵੇਂ ਸੀਗੀ ਲੜਕੇ, ਹੁਣ ਨੀਵੀਂ ਪਾ ਕੇ ਵੜਨਾ ਪਊਗਾ, ਚੁੱਪ ਕਰ ਜੂੰਗੀ ਹੋਰ ਕੀ ਆ, ਮੇਰੀਆਂ ਗਲਤੀਆਂ ਨੇ, ਚੁੱਪ ਕਰ ਦੂੰਗੀ ਨਾ ਬੋਲੂੰਗੀ। ਲੈ ਕਲਵਿੰਦਰ ਤੂੰ ਬੋਲੀ ਨਾ, ਮੈਂ ਤਾਂ ਕੰਮ ਬੋਲੂੰ। ਹਾਂ ਕਦੇ ਬੇਬੀ ਨੂੰ ਆਈ ਨੂੰ ਫਿਰ ਉਹ ਕਰ ਲਾਂਗੇ। ਸਤਿ ਸ਼੍ਰੀ ਅਕਾਲ ਬੇਬੇ, ਸਤਿ ਸ਼੍ਰੀ ਅਕਾਲ ਪੁੱਤ, ਤੇਰੀ ਬੰਨ ਅਸੀਂ ਬੇਬੇ, ਸਤਿ ਸ਼੍ਰੀ ਅਕਾਲ ਜਿਉਂਦੀ ਰਹਿ ਤੇਰੇ ਬੇਬੇ। ਮੈਨੂੰ ਪਾਣੀ ਲਿਆ ਦੇ ਬੇਬੇ। ਹੋਰ ਠੀਕ ਆ ਪੁੱਤ? ਹਾਂ ਠੀਕ ਹੈ ਬੇਬੇ, ਤੂੰ ਦੱਸ ਤਕੜੀ ਹੈ? ਵਧੀਆ ਠੀਕ ਆ ਪੁੱਤ, ਚਲੋ ਠੀਕ ਹੀ ਚਾਹੀਦਾ ਫਿਰ, ਵਧੀਆ ਜੀ ਲੱਗਿਆ ਮੈਨੂੰ, ਜਿਹੜੀ ਤੇਰੇ ਕੋਲ ਠੀਕ ਆ, ਤੀਨੇ ਤਾਂ ਦੇਤੀ ਸ਼ਾਬਾਸ਼ ਹੈ। ਕੀ ਗੱਲ ਬੇਬੇ? ਹੋਰ ਮੈਨੂੰ ਕਹਿੰਦੇ ਮੈਥੋਂ ਨਹੀਂ ਉਹ ਕਰੀ ਜਾਂਦੀ ਰੋਟੀ ਦਿੱਤੀ ਜਾਂਦੀ, ਪੁੱਤ ਦੇ ਘਰ ਹੀ ਵਗ ਜਾ ਆਪਦੇ ਨੂੰ ਪੁੱਤ। ਅੱਛਾ ਹਾਂ, ਤੂੰ ਤਾਂ ਬੇਬੇ ਏਡੀ ਮੇਰ ਕਰਦੀ ਹੁੰਦੀ, ਮੈਂ ਤਾਂ ਮੇਰ ਬਥੇਰੀ ਕਰਦੀ ਸੀ। ਪਾਣੀ ਪੀ ਲੈ ਕੁਣ, ਫਿਰ ਕਰਦੇ ਆ ਗੱਲ ਕੁਣ ਬੇ। ਮੈਂ ਤਾਂ ਬਥੇਰੀ ਮੇਰ ਕਰਦੀ ਸੀ, ਉਹਦੇ ਪਿੱਛੇ ਮੈਂ ਤੇਰੇ ਨਾਲ ਲੜਦੀ ਪੁੱਤ। ਬੇਬੇ ਤੇ ਤਾਂ ਕੋਈ ਚੀਜ਼ ਹੋਈ ਚੱਕ ਕੇ ਮੈਂ ਤਾਂ ਵੀਰਪਾਲ ਨੂੰ ਦੇਣੀ, ਅੱਜ ਤਾਂ ਬੋਲੀ ਚੱਲ ਕੋਈ ਗੱਲ ਨੀ ਕੋਈ ਗੱਲ ਨੀ, ਤੂੰ ਤਾਂ ਗਾਹੀ ਵਧੀ ਵਧੀ ਗਈ ਆ, ਦੇਖ ਲੈ ਹੁਣ ਤੂੰ ਤੇਰੇ ਮੂੰਹ ਸੁਣੀ ਜਾਂਦਾ ਵੀ ਮੈਨੂੰ ਤਾਂ ਕੁੜੀਆਂ ਹੀ ਕਹਿੰਦੀ ਆ। ਹੋਰ ਪੁੱਤ ਮੇਰੇ ਚ ਗਲਤੀਆਂ ਸੀ, ਮੈਂ ਹੁਣ ਹਰੇਕ ਨੂੰ ਕਹਿੰਦੇ ਆ ਵੀ ਦੇਖੀ ਨਾ ਧੀ ਦੇ ਨਾ ਬਣੋ, ਪੁੱਤ ਦੇ ਵੀ ਬਣੋ, ਮਾਮਾ ਧੀ ਦੀਆਂ ਵੀ ਬਣੋ, ਰਾਰਾ ਸਿੱਧਾ ਦਿਓ। ਮੈਂ ਥੋੜਾ ਜਿਹਾ ਉੱਪਰ ਤੇਜ਼ੀ ਚੱਲ ਗਈ ਪੁੱਤ, ਮੇਰੇ ਚ ਗਲਤੀਆਂ ਹੋ ਗਈਆਂ, ਹੁਣ ਮੈਨੂੰ ਪੁੱਤ ਤੁਸੀਂ ਮਾਫ਼ ਕਰ ਦਿਓ। ਮੈਂ ਬੇਬੇ ਮਾਫ਼ ਕਰੇ ਮਾਫ਼ ਤਾਂ ਕੌਣ ਮਾਫੀ ਮੰਗਦਾ, ਮਾਫੀ ਤਾਂ ਸਾਨੂੰ ਤੂੰ ਕਰਦੇ ਹੱਥੋਂ, ਜੇ ਗਲਤੀ ਹੋਈ ਬੇਬੇ। ਗਲਤੀਆਂ ਤਾਂ ਪੁੱਤ ਮੇਰੇ ਚ ਹੀ ਨੇ, ਤੁਹਾਡੇ ਚ ਕਾਹਨੂੰ ਗਲਤੀਆਂ ਦੀਆਂ, ਮੈਂ ਹੀ ਗਲਤ ਚੱਲ ਗਈ। ਚੱਲ ਉਹ ਤਾਂ ਠੀਕ ਹੈ ਬੇਬੇ, ਕੋਈ ਗੱਲ ਨੀ, ਮਾਫ਼ੀ ਤਾਂ ਤੂੰ ਮੰਗਣਾ ਸਾਥੋਂ, ਤੂੰ ਐਂ ਦੱਸ ਦਵਾਈ ਦਵੂਈ ਟਾਈਮ ਤੇ ਲੈਂਦੀ ਰਹੀ, ਤੇਰੀ ਕੋਈ ਉਹਦਾ ਨਹੀਂ ਬਿਮਾਰੀ ਨਾ ਵੱਜ ਜਾਏ ਕਿਤੇ, ਮੈਨੂੰ ਦੱਸਦੇ ਨਹੀਂ, ਮੈਂ ਦੇ ਦੇਣੀ ਹੈ ਤੈਨੂੰ ਦਵਾਈ। ਉਹ ਜਿਹੜੀ ਦਵਾਈ ਲੈ ਗਈ ਬੇਬੇ ਨਾਲ ਤੇ ਲੈ ਲਈ ਸਾਰੀ ਦਵਾਈ, ਤਾਂ ਮੈਂ ਦੇਖੀ ਨਾ ਕਿੱਥੋਂ ਲੈ ਲਈ, ਵੀ ਉਹ ਵੀਰਪਾਲ ਤਾਂ ਕਹਿੰਦੀ ਮੈਥੋਂ ਤਾਂ ਦਵਾਈ ਦਿੱਤੀ ਨਹੀਂ ਜਾਂਦੀ, ਆਪੀ ਲੈ ਲਿਆ ਕਰ। ਮੈਨੂੰ ਤਾਂ ਪੁੱਤ ਪਤਾ ਨਹੀਂ ਸੀ ਵੀ ਕਿਹੜੀ ਗੋਲੀ ਕਿਹੜੇ ਟਾਈਮ ਲੈਣੀ ਹੈ, ਕਿਹੜੀ ਕਿਹੜੇ ਟਾਈਮ ਲੈਣੀ ਹੈ। ਕੁਲਵਿੰਦਰ ਨੂੰ ਤਾਂ ਪਤਾ ਸੀਗਾ, ਕੁਲਵਿੰਦਰ ਨੂੰ ਪਤਾ ਸੀਗਾ। ਹੋਰ ਬੇਬੇ ਮੈਨੂੰ ਤਾਂ ਪਹਿਲੀ ਟੈਨਸ਼ਨ ਸੀਗੀ ਵੀ ਕਿਤੇ ਬੇਬੇ ਦਵਾਈ ਚ ਨਾ ਗਾ ਨਾ ਭਾਜੇ, ਕੋਈ ਹੋਰ ਨਾ ਬਿਮਾਰੀ ਬਾਜੇ, ਅੱਗੇ ਬਿਮਾਰ ਤਾਂ ਪਹਿਲੀ ਰਹਿੰਦੇ ਹੋ ਤੁਸੀਂ। ਹੋਰ ਪੁੱਤ ਧੀਏ ਹੁਣ ਮੈਨੂੰ ਮਾਫ਼ ਕਰ ਦੇ ਤੂੰ, ਬੇਬੇ ਸਾਡਾ ਭੈਣ ਭਾਈ ਦਾ ਫਰਕ, ਭੈਣ ਭਾਈ ਦਾ ਫਰਕ ਤਈ ਪਵਾਤਾ ਵਿੱਚ ਵਿਚਾਲੇ, ਉਹਨੇ ਥੋੜਾ ਸੀ ਕਾਸੇ ਦਾ ਮੇਰੇ, ਤਾਂ ਹੀ ਤਾਂ ਪੁੱਤ ਮੈਂ ਗਲਤੀਆਂ ਮੰਨਦੀ ਆ, ਤਾਂ ਆਪਣਾ ਕਰਤਾ ਤਾਂ ਦੇਖਿਆ ਨਹੀਂਗਾ, ਮੈਂ ਤਾਂ ਧੀ ਦੀ ਬਣੀ ਰਹੀ। ਚੱਲ ਕੋਈ ਨਾ, ਇਹਨਾਂ ਹੁਣ ਵੀ ਤੁਸੀਂ ਵੀ ਨਾ ਉਹ ਕਰੋ, ਚੱਲ ਬੇਬੇ ਹੁਣ ਵਾਪਸ ਆਈ ਹੈ ਜਦੋਂ, ਚੱਲ ਕੋਈ ਨਾ ਬੇਬੇ ਮਾਫੀ ਨਾ ਮੰਗ, ਜਦੋਂ ਤੈਨੂੰ ਹੁਣ ਪਤਾ ਲੱਗ ਗਿਆ ਨਾ, ਚਾਨਣ ਹੋ ਗਿਆ ਵੀ ਹਾਂ ਮੈਥੋਂ ਇਹ ਗਲਤੀ ਹੋ ਗਈ, ਤੂੰ ਮਾਫੀ ਨਾ ਮੰਗ। ਚੱਲ ਚੱਲ ਐਂ ਕਹਿਣੀ ਆ ਮੈਂ ਵੀ ਹਰੇਕ ਦੀ ਮਾਂ ਕੱਲੀ ਧੀ ਕੰਨੀ ਨਾ ਸੋਚੇ, ਪੁੱਤ ਦੀ ਵੀ ਸੋਚੇ, ਧੀ ਦੀ ਵੀ ਸੋਚੇ, ਰਾਰਾ ਸਿੱਧਾ। ਇਹ ਗੱਲ ਪਹਿਲਾਂ ਸੋਚੀ ਤੇ 9 ਦਿਨ ਕਿਹਨੂੰ ਦੇਖਣੇ ਪੈਂਦੇ, ਪੁੱਤ ਮੇਰਾ ਦਿਮਾਗ ਘੁੰਮ ਗਿਆ। ਕੋਈ ਨਾ ਚੁੱਪ ਕਰ, ਮੈਨੂੰ ਤਾਂ ਅਸਤੀ ਦੇ ਹੋ ਗਿਆ। ਚਲੋ ਉਹ ਗੱਲ ਕੰਮ ਪਖਾਣਾ ਪਾਉਂਦਾ ਭੁੱਲਿਆ ਕਰ, ਰਾਹ ਭੇਜ ਕੇ ਫਿਰ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ। ਹਾਂ ਅਗੇ ਡਿੱਗਿਆ ਨਾ ਜਾਣੀ ਹੈ, ਹਾਂ ਹਾਂ ਜੇ ਸੰਭਲ ਜੇ।
ਹੁਣ ਨੀ ਪੁੱਤ ਮੈਂ ਗਲਤੀਆਂ ਕਰਦੀ। ਚੱਲ ਬੇਬੇ ਬਾਈ ਆਰਾਮ ਕਰ ਲੈਣਾ, ਪੈ ਜਾ ਇੱਧਰ ਮੰਜੇ ਤੇ ਆ ਜਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੋ ਜੀ ਪੇਂਡੂ ਲੋਕ ਪੀਵੀ ਇਕੱਤੀ ਦੇ ਨਾਲ, ਅਤੇ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰਨਾ ਜੀ। ਜੇ ਕੋਈ ਘਾਟ ਵੱਧ ਤੁਹਾਨੂੰ ਕਮੈਂਟਾਂ ਵਿੱਚ ਦੱਸੋ ਜੀ, ਸੁਧਾਰ ਕਰਾਂਗੇ ਕਮੈਂਟਾਂ ਦੇ ਵਿੱਚ ਪੂਰਾ ਨਾਂ ਜੀ ਪੂਰੇ ਪਿੰਡ ਦਾ ਨਾਂ। ਹੁਣ ਆਈ ਕਮੈਂਟਾਂ ਦੀ ਬਾਰੀ। ਹਾਂਜੀ, ਸਰਬਜੀਤ ਕੌਰ ਡਾਂਗੋ ਲੁਧਿਆਣਾ, ਦੇਵਰਾਜ ਜਿੰਦਲ ਗਿੱਦੜਵਾਹਾ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ, ਕਿਰਨਦੀਪ ਕੌਰ, ਕਰਮਜੀਤ ਕੌਰ, ਗੁਰਜੀਤ ਕੌਰ ਦੋਦੜਾ ਮਾਨਸਾ ਬਲਾਡਾ, ਬਲਜੀਤ ਕੌਰ ਰਣ ਸਿੰਘ ਵਾਲਾ ਫਰੀਦਕੋਟ, ਕੋਮਲ ਪਿੰਡਾਂ ਵਾਲੀ, ਗੁਰਪ੍ਰੀਤ ਸਿੰਘ ਡਬਈ, ਸਵਰਨਜੀਤ ਕੌਰ, ਧੰਨਵਾਦ ਜੀ ਸਾਨੂੰ ਕਮੈਂਟ ਕਰਨ ਦੇ ਲਈ। ਸਤਿ ਸ਼੍ਰੀ ਅਕਾਲ।